ਪੀਛੇ ਮੁੜਨ ਵਾਲੀ ਗੱਲ ਨਹੀਂ ਹੁਣ ਗਾਂਹੋਂ ਤੱਕ ਗੋਲੀ ਏ ਚਾਹ ਪੁਲਸਰੀ ਵੱਜੇ ਚਾਹ ਆਪਦੇ ਕਿਸੇ ਦੀ ਵੱਜੇ ਗੋਲੀ ਮੈਂ ਤਾਂ ਬੱਚਿਆਂ ਨੂੰ ਅਪੀਲ ਕਰਨਾ ਵੀ ਇਸ ਪਾਸੇ ਕੋਈ ਫਾਇਦਾ ਨਹੀਂ ਕਿ ਜਾਣਦਾ ਜੀ ਕੋਈ ਫਾਇਦਾ ਨਹੀਂ ਆ ਇਹ ਉਹ ਰਸਤਾ ਹੈ ਇਹ ਵਨਵੇ ਹੈ ਜੀ ਜਾ ਸਕਦਾ ਵਾਪਸ ਨਹੀਂ ਬਾਦਲ ਨੇ ਕਰਵਾਇਆ ਮੇਰੇ ਬੇਟੇ ਦਾ ਇੰਪੋਰਟ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਇਹ ਗਵਰਨਮੈਂਟ ਦੀ ਮਿਲੀ ਭੁਗਤਣਾ ਹੋਇਆ ਜੀ ਕਦੇ ਗੈਂਗਸਟਰ ਸ਼ੀਰਾ ਖੁੱਬਣ ਜਾਂ ਗੁਰਸ਼ਹੀਦ ਸਿੰਘ ਜਿਸ ਨੂੰ ਕਿਹਾ ਜਾਂਦਾ ਹੈ ਉਹ ਖੇਡਦਾ ਸੀਗਾ ਆਂਦਾ ਜਾਂਦਾ ਸੀ ਲੇਕਿਨ ਅੱਜ ਇੱਕ ਗਲੀਆਂ ਵਿਰਾਗ ਨੇ ਕਿਉਂ ਕਿਉਂਕਿ ਉਸ ਦੀ ਮੌਤ ਹੋ ਚੁੱਕੀ ਹੈ ਤੇ ਇਹ ਜੁਰਮ ਦੀ ਦੁਨੀਆ ਤੁਹਾਨੂੰ ਕਿਸ ਚੱਕਾ ਚੋਂ ਤੋਂ ਕਿੱਥੇ ਲੈ ਕੇ ਜਾ ਸਕਦੀ ਹੈ ਇਹ ਕਹਾਣੀ ਉਹਨਾਂ ਗੈਂਗਸਟਰਸ ਦੀ ਹੈ ਉਹਨਾਂ ਜੁਰਮ ਦੇ ਸੌਦਾਗਰਾਂ ਦੀ ਹੈ ਜਿਹੜੇ ਕੀ ਹੁਣ ਆਪਣੀ ਦੁਨੀਆ ਇਸ ਦੁਨੀਆ ਦੇ ਵਿੱਚ ਭਲੇ ਹੀ ਨਾ ਰਹਿ ਲੇਕਿਨ ਉਹਨਾਂ ਦੇ ਮਾਪੇ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਰੋ ਪੈਂਦੇ ਨੇ ਕਹਾਣੀ ਦਿਖਾਉਂਦੇ ਆਜ ਗੈਂਗਸਟਰ ਸ਼ੇਰਾ ਖੁੱਬਣ ਦੀ ਜਿਹੜਾ ਕੀ ਪੰਜਾਬ ਦੇ ਵਿੱਚ ਕਾਫੀ ਨਾਮੀ ਗੈਂਗਸਟਰ ਰਿਹਾ। ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ। ਅਕਸਰ ਜਦ ਮਾਪੇ ਇੱਕ ਬੱਚੇ ਨੂੰ ਜਨਮ ਦਿੰਦੇ ਹੈ ਤੇ ਉਸ ਦੇ ਲਈ ਬਹੁਤ ਸੁਪਨੇ ਬੁਣਦੇ ਹੈ। ਅਜਿਹਾ ਇੱਕ ਸੁਪਨਾ ਦੇਖਿਆ ਸੀ ਪਿੰਡ ਖੁੱਬਣ ਦੇ ਗੁਸ਼ਹੀਦ ਸਿੰਘ ਰੁਫਸ਼ੇਰਾ ਦੇ ਲਈ ਉਹਦੇ ਮਾਪੇ ਨੇ। ਲੇਕਿਨ ਉਹ ਜੁਰਮ ਦੀ ਦੁਨੀਆ ਦੇ ਵਿੱਚ ਚਲਾ ਗਿਆ ਆਖਿਰ ਕੀ ਕੁਝ ਰਹੀ ਉਸਦੀ ਕਹਾਣੀ ਜਾਣਨ ਦੇ ਲਈ ਉਹਨਾਂ ਦੇ ਪਿੰਡ ਪਹੁੰਚੇ ਨੇ ਉਹਨਾਂ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸਰਦਾਰ ਜਨੈ ਸਿੰਘ ਜੀ ਤੇ ਸਸ਼ੀਕਲ ਬਹੁਤ ਬਹੁਤ ਸਾਰੀ ਤੋਂ ਜੀ ਸਿਕਾ ਜੀ ਧੰਨਵਾਦ ਜੀ ਤੁਹਾਡਾ ਜੀ ਤੁਹਾਡੇ ਚੈਨਲ ਦਾ ਜੀ ਤੁਸੀਂ ਆਏ ਜੇ ਸਾਡਾ ਇਹ ਦੁੱਖ ਦਰਦ ਜਿਹੜਾ ਸ਼ੇਅਰ ਕਰਨ ਆਏ ਜੇ ਦੁੱਖ ਜਿਹੜਾ ਆ ਜਾਂਦੇ ਆ ਵੀ ਵੰਡੇ ਤੋਂ ਘਟਦਾ ਜੀ ਖੁਸ਼ੀ ਵੰਡੇ ਤੋਂ ਵੱਧਦੀ ਹੈ ਜੀ ਤੁਹਾਡਾ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਨੈਲਜੀ ਸ਼ੇਰਾ ਤੁਹਾਡੇ ਲਈ ਹਲੇ ਵੀ ਸ਼ੇਰਾ ਹੀ ਰਹੇਗਾ ਲੇਕਿਨ ਦੁਨੀਆ ਦੇ ਲਈ ਉਹ ਜੁੜਮ ਦੇ ਵਿੱਚ ਜਾ ਕੇ ਸਦਾਗਰ ਬਣ ਗਿਆ ਸੀ ਇੱਕ ਸ਼ਬਦ ਵਰਤੋ ਕੀਤੀ ਜਾਂਦੀ ਸੀ ਗੈਂਗਸਟਰ ਲੇਕਿਨ ਕਹਾਣੀ ਕਿੱਥੋਂ ਸ਼ੁਰੂ ਹੋਈ ਬਚਪਨ ਤੋਂ ਕਿੱਦਾਂ ਸੀਗਾ ਸ਼ੇਰਾ ਉਸ ਤੋਂ ਬਾਅਦ ਕੀ ਅਜਿਹੀ ਚੀਜ਼ਾਂ ਹੋਈਆਂ ਕਿ ਸਰਕਮਸਟੈਂਸਸ ਇਸ ਤਰੀਕੇ ਨਾਲ ਚੇਂਜ ਹੋਏ ਕਿ ਉਹ ਜੁੜਮ ਦੇ ਦੇ ਵਿੱਚ ਚੜਾ ਗਿਆ ਉਹ ਬੇਟਾ ਬਚਪਨ ਦੇ ਵਿੱਚ ਤਾਂ ਬੜਾ ਫਨੀ ਸੀਗਾ ਬਹੁਤ ਸ਼ਾਂਤ ਸੁਆਦ ਆ ਤੇ ਆਸੇ ਮਖੋਲ ਵਾਲਾ ਉਹ ਉਹਦਾ ਨਾ ਗਾਇਕੀ ਵਾਲੇ ਪਾਸੇ ਵਿੱਚ ਕਾ ਸੀਗਾ ਹਾਂਜੀ ਆ ਜਿਹੜੇ ਅੱਜ ਕੱਲ ਚੱਲਦੇ ਸੀ ਨਾ ਆਵਾਜ਼ ਪੰਜਾਬ ਦੀ ਇੱਕ ਦੋ ਵਾਰੀ ਉਹ ਗਿਆ ਵੀ ਉਹਨਾਂ ਦੇ ਟੈਸਟੀਆਂ ਦੇਣ ਤੋ ਇੱਕ ਦੋ ਚੱਲਿਆ ਬਾਅਦ ਦੇ ਵਿੱਚ ਉਹ ਨਹੀਂ ਮਤਲਬ ਫਿਰ ਉਹਦਾ ਜਿਹੜਾ ਨਾ ਮੈਂ ਚਾਹੁੰਦਾ ਸੀਗਾ ਵੀ ਉਹ ਕੀਰਤਨ ਵਾਲੇ ਪਾਸੇ ਆਵੇ ਮੈਂ ਬਚਪਨ ਤੋਂ ਉਹਨੂੰ ਇਹਨਾਂ ਦੋ ਪੈਣ ਬਰਾਵਾਂ ਨੂੰ ਸਾਡੇ ਪਿੰਡ 'ਚ ਇੱਕ ਗਰੰਥੀ ਸਿੰਘ ਸੀ ਤੇ ਉਹ ਉਹਨੂੰ ਕੀਰਤਨ ਕਰਦਾ ਸੀ ਬਹੁਤ ਸੋਹਣਾ ਮੈਂ ਇਹਨੂੰ ਕੀਰਤਨ ਤੇ ਲਾਇਆ ਸੀ ਦੋਵਾਂ ਪੈਣ ਬਰਾਵਾਂ ਨੂੰ ਇਹ ਤਬਲਾ ਬਹੁਤ ਸੋਹਣਾ ਵਜਾ ਲੈਂਦਾ ਸੀ ਬਚਪਨ ਹਾਂਜੀ ਹਾਂਜੀ ਤੇ ਬੜਾ ਵਧੀਆ ਮਤਲਬ ਕਿ ਇਹ ਤਾਂ ਹੈ ਹੀ ਨਹੀਂ ਸੀਗਾ ਵੀ ਤੁਸੀਂ ਆ ਸਾਡੇ ਪਿੰਡ 'ਚ ਜਿੰਨੂੰ ਮਰਜ਼ੀ ਪੁੱਛ ਸਕਦੇ ਬਹੁਤ ਮਿੱਠੇ ਸੁਭਾਅ ਦਾ ਤੇ ਹਸਮੁਖ ਸਦਾ ਹੀ ਆਸਤਾ ਮਤਲਬ ਉਹਦੇ ਗੁੱਸਾ ਤਾਂ ਉਹਦੇ ਚੀਜ਼ ਕੋਈ ਹੈ ਹੀ ਨਹੀਂ ਸੀਗੀ ਕਿਸੇ ਤਰ੍ਹਾਂ ਦਾ ਗੁੱਸੇ ਵਾਲਾ ਸੁਭਾਅ ਨਹੀਂ ਸੀ ਇਹ ਤਾਂ ਚਲੋ ਕੁਦਰਤ ਨੇ ਜੋ ਮੋੜ ਦਿੱਤਾ ਜੀ ਉਹ ਉਸ ਪਾਸੇ ਹੋ ਗਿਆ ਪਰ ਬਚਪਨ ਤਾਂ ਉਹਦਾ ਜਿਹੜਾ ਸੀ ਨਾ ਜੀ ਖੇਡਾਂ ਚ ਸੱਟ ਠੱਠਿਆਂ ਚ ਬਹੁਤ ਆਦੇ 11 ਦੋਸਤਾਂ ਨੂੰ ਇੱਕ ਉਹ ਆਪਦੀ ਮਤਲਬ ਉਹਦੇ ਚ ਇੱਕ ਲੀਡਰ ਵਾਲੀ ਭਾਵਨਾ ਹੈਗੀ ਸੀ ਵੀ ਆਪ ਆਪਦੇ ਜਿਹੜੇ ਉਹਦੇ ਸਾਥੀ ਸੀ ਬਚਪਨ ਦੇ ਉਹ ਉਹਨਾਂ ਦਾ ਵੀ ਗਰੁੱਪ ਲੀਡਰ ਹੀ ਬਣਦਾ ਸੀ ਜੇ ਖੇਡਾਂ 'ਚ ਵੀ ਚਾਹੇ ਜਿਹੜੀਆਂ ਸਾਡੀਆਂ ਪਿੰਡੂ ਖੇਡਾਂ ਉਹ ਵੀ ਖੇੜਦੇ ਆ ਤੇ ਮਤਲਬ ਆਪਦੀ ਟੀਮ ਨੂੰ ਲੀਡ ਹੀ ਕਰਦਾ ਸੀ ਤੇ ਭੰਗੜੇ ਦਾ ਵੀ ਬਹੁਤ ਸ਼ਕੀਨ ਸੀ ਭੰਗੜਾ ਵੀ ਉਹਨੇ ਮਤਲਬ ਸਕੂਲ ਕਾਲਜ ਲੈਵਲ ਤੱਕ ਪਹੁੰਚਦਾ ਰਿਹਾ ਜੀ ਹਾਂਜੀ ਤੇ ਸਪੈਸ਼ਲਿਸਟ ਦਈਏ ਕਿ ਜਵੇ ਹਮਤ thro ਦੀ ਗੱਲ ਕਰੀ ਹੈ ਜਿਹੜਾ ਖੇਡੋ ਖੇਡਦੀ ਉਹ ਕਦ ਤੁਸੀਂ ਦੇਖਿਆ ਕਿ ਇਹ ਖੇਡਾ ਬਹੁਤ ਚੰਗਾ ਹੈ ਤੇ ਇਹਨੂੰ ਕਿਸ ਅਕੈਡਮੀ ਚ ਪਾਣਾ ਚਾਹੀਦਾ ਨਹੀਂ ਉਹ ਅਸੀਂ ਇਸ ਤਰ੍ਹਾਂ ਸੀ ਬੇਟਾ ਵੀ ਅਸੀਂ ਸਾਨੂੰ ਨਾ ਮਤਲਬ ਇਹ ਜਿਹੜਾ ਸਪੋਰਟਸ ਵਾਲਾ ਕੀੜਾ ਸਾਡੇ ਪੀੜੀ ਦਾ ਪੀੜੀ ਹੈ ਅੱਛਾ ਮੇਰੇ ਦਾਦਾ ਜੀ ਵੀ ਕਬੱਡੀ ਦੇ ਖਿਡਾਰੀ ਸੀ ਫਾਦਰ ਸਾਹਿਬ ਵੀ ਤਾਂ ਮੈਂ ਵੀ ਖੇਡਦਾ ਸੀ ਪਰ ਜਦੋਂ ਮੈਂ ਜਵਾਨੀ ਚ ਪਰ ਜਵਾਨੀ ਚ ਤਾਂ ਮੇਰਾ ਐਕਸੀਡੈਂਟ ਹੋ ਗਿਆ ਸੀ ਮੇਰਾ ਸਾਰਾ ਸਾ ਟੁੱਟਾ ਹੈ ਸਾਰਾ ਸਿਸਟਮ ਜੀ ਟ੍ਰੈਕ ਤੋਂ ਥੱਲੇ ਆਉਂ ਕਰਕੇ ਤਾਂ ਉਹ ਜਿਹੜਾ ਜਿਹੜਾ ਮੇਰਾ ਸੁਪਨਾ ਸੀ ਮੇਰੇ ਫਾਦਰ ਸਾਹਿਬ ਫਿਰ ਇਹਦੇ ਵਿੱਚ ਵੇਖਣ ਲੱਗ ਪਏ ਮੈਂ ਹੁਣ ਆਪਦੇ ਪੋਤਰੇ ਨੂੰ ਖਿਡਾਰੀ ਬਣਾਉਣਾ ਹੈ ਹਾਂਜੀ ਇਸ ਵਾਸਤੇ ਅਸੀਂ ਇਹਦੀ ਨਾ ਜਿਹੜੀ ਡਾਈਟ ਹੈ ਮਤਲਬ ਇਹਦੇ ਜਨਮ ਤੋਂ ਪਹਿਲਾਂ ਹੀ ਇਹਦੀ ਡਾਈਟ ਦਾ ਅਸੀਂ ਖਿਆਲ ਰੱਖਣਾ ਪਏ ਸੀ ਜਦੋਂ ਇਹ 10ਵੀਂ ਚ ਇਹ 9ਵੀਂ ਸੀ ਸਕੂਲ ਗੇਮਜ਼ ਹੋਈਆਂ ਤਾਂ ਉਦੋਂ ਪਹਿਲਾਂ ਤਾਂ ਸਾਡਾ ਮੇਰਾ ਇੱਕੋ ਟੀਚਾ ਹੀ ਜਿਹੜੇ ਮੇਰੇ ਯਾਰ ਦੋਸਤ ਸੀਗੇ ਉਹ ਕਹਿੰਦੇ ਵੀ ਜਿਨਾਜ਼ਰ ਸਰੀਰ 'ਚ ਤਾਕਤ ਹੋਵੇਗੀ ਫਿਰ ਆਪਾਂ ਇਹਨੂੰ ਕਿਸੇ ਪਾਸੇ ਕੋਈ ਖਾਸ ਇਵੈਂਟ ਚ ਉਗਾਗੇ ਤਾਂ ਮੈਂ ਇਹਨੂੰ ਆਰਚਰੀ 'ਚ ਭੇਜਣਾ ਚਾਹੁੰਦਾ ਸੀ ਐਕਚੁਅਲੀ ਤਾਂ ਜਦੋਂ ਉਹ ਇਹਦਾ ਟੈਸਟ ਕਰਾਇਆ ਤੇ ਜਿਹੜਾ ਇਹਦਾ ਕੋਚ ਸੀ ਨਾ ਉਹ ਕਹਿੰਦਾ ਵੀ ਇਹਦਾ ਸਰੀਰ ਹੀ ਇੰਨਾ ਜ਼ਿਆਦਾ ਬਾਹਾਂ ਦੀ ਹਾਰਡ ਨੇ ਵੀ ਆਰਚਰੀ ਦੇ ਵਿੱਚ ਨਾ ਇਹ ਨਰਮ ਚੀਜ਼ਾਂ ਚਾਹੀਦੀਆਂ ਨੇ ਇਹ ਨਹੀਂ ਚੱਲ ਸਕਿਆ ਠੀਕ ਹੈ ਤਾਂ ਫਿਰ ਮੇਰਾ ਇੱਕ ਦੋਸਤ ਸੀ ਸਾਡੇ ਆਪੋਰ ਡੀਪੀ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਇਹਨੂੰ ਨਾ ਚਾਹ ਸ਼ਾਰਟਪੋਟ ਚਲਾਈਏ ਚਾਹ ਹੈਮਰ ਚਲਾਈਏ ਆਪਾਂ ਇਹਨੂੰ ਥਰੋਰ ਬਣਾਉਣੇ ਆ ਤਾਂ ਉਹਨਾਂ ਨੇ ਇਹਦੀ ਮਤਲਬ 17 ਸਾਲ ਦੀ ਜਦੋਂ ਇਹਦੀ ਉਮਰ ਹੋਈ ਸੀ ਨਾ ਜੀ ਉਦੋਂ ਇਹਦਾ 1 ਕੁਇੰਟ ਤੇ 19 ਕਿਲੋ ਵਜ਼ਨ ਹੋ ਗਿਆ ਸੀ ਤਾਂ ਇਹਦੇ ਸਰੀਰ ਦੇ ਉੱਤੇ ਕਿਤੇ ਵੀ ਐ ਕਰਕੇ ਮਤਲਬ ਆਪਾਂ ਪ੍ਰੈਸ਼ ਨਹੀਂ ਕਰ ਸਕਦੇ ਸੀ ਜਿਵੇਂ ਤੁਸੀਂ ਲੋਹਾ ਕਹਿ ਸਕਦੇ ਜੇ ਲੱਕੜ ਕਹਿ ਸਕਦੇ ਜੀ ਇੰਨਾ ਹਾਰਡ ਸੀ ਸਰੀਰ ਇਹਦਾ ਮਲੇ ਨੂੰ ਮੈਂ ਖਰਾਕ ਤਾਂ ਜਿਹੜੀ ਦਿੱਤੀ ਜੀ ਦਿੱਤੀ ਮੈਂ ਇਹਨੂੰ ਨਾ ਕਦੀ ਆਈ ਸੀ ਸਾਡੇ ਘਰੇ ਅਸੀਂ ਨੂੰ ਪਾਣੀ ਨਹੀਂ ਸੀ ਕਦੀ ਪਾਇਆ ਦੁੱਧ ਜਾਂ ਜੂਸ ਪਾਣੀ ਵੀ ਕਦੀ ਸਾਡੀ ਆਦਤ ਤੇ ਅਸੀਂ ਆਏ ਆ ਪਾਕਿਸਤਾਨ ਚ ਅਸੀਂ ਸਾਨੂੰ ਕੋਈ ਲਾਹੌਰੀਏ ਕਹਿ ਦਿੰਦੇ ਕੋਈ ਮਾਝੇ ਵਾਲਾ ਕਹਿ ਦਿੰਦੇ ਆ ਤਾਂ ਅਸੀਂ ਦੁੱਧ ਰੋਟੀ ਦੇ ਨਾਲ ਨਾ ਪਾਣੀ ਥਾਂ ਤੇ ਅਸੀਂ ਦੁੱਧ ਕੱਚਾ ਦੁੱਧ ਪੀਂਦੇ ਆਦਤ ਸਾਨੂੰ ਆਦਤ ਇਹ ਪਿਤਾ ਪੁਰਖੀ ਅਸੀਂ ਉਹ ਇਹ ਵੀ ਹੁਣ ਵੀ ਮਤਲਬ ਅਸੀਂ ਰੋਟੀ ਦੇ ਨਾਲ ਕੱਚਾ ਦੁੱਧ ਹੀ ਪੀਨੇ ਆ ਤੇ ਇਹ ਵੀ ਉਸ ਤਰ੍ਹਾਂ ਹੀ ਪੀਂਦਾ ਸੀ ਇਹਨੂੰ ਜਦੋਂ ਪੂਰਾ ਭਰ ਗਿਆ ਫਿਰ ਜੋ ਸਕੂਲ ਗੇਮ ਹੋਈਆਂ ਸਕੂਲ ਚ ਤਾਂ ਇਹ ਮਤਲਬ ਇਹਦਾ ਕੋਈ ਕੰਪੀਟੀਟਰ ਹੈ ਹੀ ਨਹੀਂ ਸੀਗਾ ਤੇ ਫਿਰ ਇਹਨੂੰ ਨਾ ਇੱਕ ਸਰਦਾਰ ਮਨਜੀਤ ਸਿੰਘ ਜੋਗ ਹਰੀਆ ਰਫੋਜਪੁਰ ਕੋਲੇ ਪਿੰਡੇਗਾ ਜੀ ਉੱਥੋਂ ਦੇ ਡੀਪੀਸੀ ਸਕੂਲ ਦੇ ਤਾਂ ਉਹਨਾਂ ਨੂੰ ਇੰਨਾ ਕੋ ਸ਼ੌਂਕ ਸੀ ਵੀ ਜਿਹੜਾ ਕੋਈ ਬੱਚਾ ਫਰਸਟ ਆਵੇ ਉਹ ਮੇਰੇ ਸਕੂਲ ਦਾ ਹੋਵੇ ਇਹ ਹਵੋਰ ਲੋ ਸੀਨ ਸਕੈਂਟਰੀ ਹਵੋਰ ਲੋ ਖੇਡਿਆ ਫਾਇਲ ਕਾ ਹੋਈਆਂ ਸੀ ਤਾਂ ਇਹ ਡਿਸਟ੍ਰਿਕਟ ਜੋ ਟੌਪ ਤੇ ਆਇਆ ਉਹ ਮੇਰੇ ਮਗਰ ਪੈ ਗਿਆ ਮੈਨੂੰ ਆਦਾ ਵੀ ਇਹ ਬੱਚਾ ਮੈਂ ਲੈ ਕੇ ਜਾਣਾ ਹੈ ਮੈਂ ਆਪ ਦੇਖਾਰੇ ਰੱਖਾਂਗਾ ਮੈਂ ਪੜਾਵਾਂਗਾ ਮੈਂ ਇਹਨੂੰ ਖੁਰਾਕ ਦੇਵਾਂਗਾ ਉਹ ਉਹਨਾਂ ਦਾ ਸਰਾਰ ਡੀਪੀ ਸਾਹਿਬ ਦਾ ਮਤਲਬ ਨੇਮਾ ਜ ਬੜਾ ਪਿਆਰ ਸੀਗਾ ਤੇ ਉਹ ਕਹਿੰਦਾ ਸੀ ਵੀ ਜਿਹੜਾ ਬੱਚਾ ਹੋਵੇ ਉਹ ਮੇਰਾ ਹੀ ਹੋਵੇ ਟੌਪ ਤੇ ਆਵੇ ਹੋਰ ਕਿਸੇ ਸਕੂਲ ਦਾ ਨਹੀਂ ਆਉਣਾ ਚਾਹੀਦਾ ਉਹ ਸਾਡੇ ਨਾਲ ਜिद ਕਰਨ ਲੱਗ ਪਿਆ ਫਿਰ ਮੇਰੀ ਉਸੇ ਛੋਟੀ ਸਿਸਟਰ ਸੀ ਮੈਂ ਕਿਹਾ ਚਲੋ ਕੋਈ ਨਹੀਂ ਜੇ ਤੁਸੀਂ ਫੇਰ ਅਸੀਂ ਸਲਾਹ ਕੀਤੀ ਸਾਰਿਆਂ ਵੀ ਇਹ ਚੰਗਾ ਕੋਚ ਤਾਂ ਚਾਹੀਦਾ ਹੈ ਇਹਦੇ ਵਾਸਤੇ ਫਿਰ ਉਹਨੇ ਇੱਕ ਸਾਲ ਉੱਥੇ ਇਹਨੂੰ ਜੀ ਚੋ ਕਰਿਆਰ ਭੈਣ ਮੇਰੀ ਸੀ ਸ਼ਹਿਰ ਚ ਉੱਥੇ ਰਹਿੰਦਾ ਸੀਗਾ ਪਰ ਉਹ ਵੀ ਉਸ ਬੰਦੇ ਦਾ ਵੀ ਜੀ ਮੈਂ ਦੇ ਨਹੀਂ ਦੇ ਸਕਦਾ ਵੀ ਉਹ 100 ਰੁਪਏ ਦਾ ਰੋਜ਼ਾਨਾ ਮੈਨੂੰ ਜਾਂਦਾ ਸੀ ਵੀ ਡੈਡੀ ਮੈਨੂੰ 100 ਦੀ ਖਾਣਾ ਖਵਾ ਦਿੰਦਾ ਰੋਜ਼ ਦੀ ਫਰੂਟ ਸਰ ਮੇਰਾ ਦੇ ਜਾਂਦਾ ਵੀ ਆਹ ਖਾ ਪੁੱਤਾ ਆਖਾ ਆਪ ਦੀ ਜੇਬ ਚੋਂ ਜੀ ਤੇ ਫਿਰ ਉਹਨੇ ਮੈਨੂੰ ਕਿਹਾ ਵੀ ਉੱਥੇ ਸੀਗੇ ਜੀ ਝੋਕ ਮਲਵਾਲਪਿੰਡ ਦੇ ਸੀ ਸਰਦਾਰ ਅਨੂਪ ਸਿੰਘ ਉਹ ਵੀ ਸ਼ਾਇਦ ਏਸ਼ੀਆ ਗੇਮਾਂ ਦੇ ਵਿੱਚ ਉਹਨਾਂ ਨੇ ਇਹ ਹੈਮਰ ਸਿੱਟਿਆ ਸੀ ਕੋਈ ਪੋਜੀਸ਼ਨ ਦਾ ਨਹੀਂ ਮੈਨੂੰ ਪਤਾ ਜੀ ਕੀ ਉਹ ਕੋਚਿੰਗ ਦਿੰਦੇ ਸੀ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਨਾ ਹੁਣ ਇਹਨੂੰ ਮੈਂ ਨਹੀਂ ਇਹਨੂੰ ਨਾ ਤੁਸੀਂ ਲੁਧਿਆਣੇ ਭੇਜੋ ਉੱਥੇਗੇ ਸੀ ਸਰਦਾਰ ਨਿਰਮਲ ਸਿੰਘ ਜੀ ਕੋਚ ਉਹ ਰੇਲਵੇ 'ਚ ਉਹ ਰਿਟਾਇਰ ਹੋਏ ਸੀ ਸ਼ਾਇਦ ਐਕਸ਼ਨ ਕੇ ਸੀ ਉਨਾਂ ਕੋਲੇ ਭੇਜਿਆ ਜੀ ਲੁਧਿਆਣਾ ਉਹ ਕੋਚਿੰਗ ਦਿੰਦੇ ਸੀ ਇਹਨਾਂ ਨੂੰ ਤਾਂ ਉੱਥੇ ਕੀ ਬਣਿਆ ਜੀ ਉੱਥੇ ਆਪਣੀ ਹੈ ਸੀ ਸਪੀਡ ਫੰਡ ਅਕੈਡਮੀ ਹੈਗੀ ਜੀ ਗੁਰਨਾਨਕ ਸਟੇਡੀਅਮ ਦੇ ਨਾਲ ਉਹਦੇ ਚ ਉਦੋਂ 300 ਰੁਪਏ ਦੀ ਡਾਈਟ ਡੇਲੀ ਦਿੰਦੇ ਸੀ ਇੱਕ ਬੱਚੇ ਨੂੰ ਜਿਹੜਾ ਉੱਥੇ ਸਿਲੈਕਟ ਹੁੰਦਾ ਸੀ ਤੇ ਉਹਨੂੰ ਕਮੋਡੀਸ਼ਨ ਵੀ ਫ੍ਰੀ ਸੀ ਉਹਦੀ ਐਜੂਕੇਸ਼ਨ ਤੇ ਵੀ ਕੋਈ ਖਰਚਾ ਨਹੀਂ ਸੀ ਤੇ ਅਸੀਂ ਇਹਨੂੰ ਉਹਨਾਂ ਕੋਚਿੰਗ ਉਸ ਵਾਸਤੇ ਦਵਾਈ ਵੀ ਚਲੋ ਇਹ ਉੱਥੇ ਸਿਲੈਕਟ ਹੋ ਜਾਏਗਾ ਤੇ ਚਲੋ ਇਹ ਸਾਡਾ ਵੀ ਕੁਝ ਪਾਰ ਘਟੇਗਾ ਖਰਚੇ ਦਾ ਉੱਥੇ ਜਦੋਂ ਟ్రायल ਹੋਇਆ ਨਾ ਜੀ ਤੇ ਇਹਨੇ ਮਤਲਬ ਆਮ ਬੱਚੇ ਨਾਲ ਉਹ 4 4-5 ਮੀਟਰ ਥਰੋਏ ਦੀ ਜਿਆਦੀ ਸੀ ਉਹ ਸਰਦਾਰ ਮਹਿੰਦਰ ਸਿੰਘ ਸੀ ਕੋਚ ਜਿਹੜਾ ਇਹ ਟ్రायल ਲੈ ਰਿਹਾ ਸੀ ਮੈਨੂੰ ਕਹਿੰਦੇ ਵੀ ਤੁਹਾਡਾ ਬੇਟਾ ਤਾਂ ਸਿਲੈਕਟ ਹੋ ਗਿਆ ਜੀ ਮੈਂ ਅਸੀਂ ਮੈਂ ਤੇ ਮੇਰਾ ਕਜਨ ਅਸੀਂ ਦੋਵੇਂ ਗਏ ਸੀ ਸਾਨੂੰ ਉਹਨੇ ਉੱਥੇ ਵਧਾਈ ਦੇਤੀਆਂ ਦਾ ਵੀ ਚਲੋ ਕੋਣੀ ਮਹਾਰਾਜ ਜੀ ਨੂੰ ਜ਼ਿੰਦਗੀ ਬਖਸ਼ੇ ਬੱਚਾ ਆਪਣਾ ਕੁਝ ਕਰੇਗਾ ਜ਼ਿੰਦਗੀ 'ਚ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਪਰ ਜਦੋਂ ਪੇਪਰ ਦੇ ਵਿੱਚ ਰਿਜ਼ਲਟ ਆਇਆ ਨਾ ਜੀ ਉਦੋਂ ਸ਼ੇਰੇ ਦਾ ਵਿੱਚ ਨਾਂ ਨਹੀਂ ਸੀਗਾ ਇਹਦਾ ਨਾਂ ਵੀ ਜੀ ਉਸ ਕੋਚ ਨੇ ਸਰਾ ਨਿਰਮਲ ਸਿੰਘ ਨੇ ਇਹਦਾ ਨਾਂ ਸ਼ੇਰਾ ਰੱਖਿਆ ਸੀ ਅਸੀਂ ਤਾਂ ਇਹਦਾ ਨਾਂ ਤਾਂ ਐਕਚੁਅਲੀ ਗੁਰਜੀਤ ਸਿੰਘ ਹੈ ਅਸੀਂ ਇਹਨੂੰ ਕਰੇ ਹੈਪੀ ਐਪੀ ਆਂਦੇ ਸਾਂ ਉਹ ਜਦੋਂ ਤੁਹਾਨੂੰ ਪਤਾ ਜਦੋਂ ਕੋਈ ਵੀ ਬੱਚਾ ਥਰੋ ਥਰੋ ਲਾਉਂਦਾ ਹੈ ਤਾਂ ਉਹਦੇ ਮੂੰਹ ਦੇ ਵਿੱਚ ਇੱਕ ਨੇਚਰਲੀ ਆਵਾਜ਼ ਜਿਵੇਂ ਬੜਕ ਮਾਰਦਾ ਹੁੰਦਾ ਹੈ ਇਹ ਵੀ ਇਹਦੀ ਜਿਹੜੀ ਆਵਾਜ਼ ਸੀ ਨਾ ਬੜੀ ਜ਼ਬਰਦਸਤ ਸੀ ਉਹ ਕਹਿੰਦਾ ਯਾਰ ਹੈਪੀ ਦਾ ਹੈ ਇਹ ਕਿਹੜੇ ਨਾਂ ਹੈ ਤੇ ਜਾਨਵਰਾਂ ਦੇ ਨਾਂ ਨੇ ਯਾਰ ਤੂੰ ਤਾਂ ਸ਼ੇਰ ਹੈ ਤੇ ਮੈਂ ਉਹਦੇ ਨਾਲ ਹੱਸਣ ਲੱਗ ਪਿਆ ਮੈਂ ਕਿਹਾ ਜੀ ਸ਼ੇਰ ਵੀ ਇੱਕ ਜਾਨਵਰ ਹੀ ਆਂਦਾ ਨਹੀਂ ਸ਼ੇਰ ਤਾਂ ਸ਼ੇਰ ਹੀ ਹੁੰਦਾ ਹੈ ਉਹਨੇ ਦਾ ਨਾਂ ਸ਼ੇਰਾ ਰੱਖਿਆ ਜੀ ਅਸੀਂ ਤਾਂ ਇਹਨੂੰ ਕਰੇ ਹੈਪੀ ਆਂਦੇ ਸੀ ਤੇ ਉੱਥੇ ਜਦੋਂ ਰਿਜ਼ਲਟ ਆਇਆ ਜੀ ਤੇ ਰਿਜ਼ਲਟ ਦੇ ਵਿੱਚ ਇਹਦਾ ਨਾਂ ਨਹੀਂ ਸੀਗਾ ਮੈਂ ਨਾ ਜੀ ਉੱਥੇ ਬਹੁਤ ਵਧੀਆ ਅਫਸਰ ਸੀ ਸੋਨ ਲਾਲ ਲੋਟੇ ਸਪੋਰਟਸ ਅਫਸਰ ਸੀ ਲੁਧਿਆਣਾ ਜੀ ਮੈਂ ਉਹਨਾਂ ਨੂੰ ਫੋਨ ਤੇ ਕਿਉਂਕਿ ਮੈਂ ਅਕਸਰ ਜਾਂਦਾ ਹੁੰਦਾ ਸੀ ਇਹਦੇ ਮਗਰ ਜੋ ਮੈਨੂੰ ਜਾਣਦੇ ਸੀਗੇ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਇੰਸਪੈਕਟਰ ਸਾਹਿਬ ਵੀ ਤੁਸੀਂ ਨਾ ਡਾਇਰੈਕਟਰ ਸਾਹਿਬ ਨਾਲ ਗੱਲ ਕਰੋ ਵੀ ਮੇਰੇ ਵਾਸਤੇ ਗੱਲ ਨਹੀਂ ਗਈ ਅਸੀਂ ਕਿ ਚਲੋ ਜੀ ਅਸੀਂ ਅਗਲੇ ਦਿਨ ਦੋਵੇਂ ਪਿਓ ਪੁੱਤ ਚੰਡੀਗੜ੍ਹ ਕੈ ਚਲੇ ਆਪਣਾ ਸਰਾਰ ਪ੍ਰਗਟ ਸਿੰਘ ਅਸੀਂ ਜਿਹੜਾ ਅੱਜਕੱਲ ਕਾਂਗਰਸ ਪਾਰਟ ਵਧਾਏ ਕੇ ਇਹ ਡਾਇਰੈਕਟਰ ਸੀਗਾ ਅਸੀਂ ਗਏ ਚਲੇ ਜੀ 11 ਵਜੇ ਦਫ਼ਤਰ ਜਾ ਕੇ ਪਰਚੀ ਦੇਤੀ ਐਨੇ ਸਾਨੂੰ 3 ਵਜੇ ਤੱਕ ਬੁਲਾਇਆ ਨਹੀਂ ਜੀ ਤੇ ਫਿਰ ਅਸੀਂ ਵਾਪਸ ਵੀ ਆਉਣਾ ਸੀ ਮੈਂ 3 ਵਜੇ ਆਪ ਹੀ ਮੈਂ ਕਿਹਾ ਜੀ ਸਰ ਕੰਮ ਇਨੀ ਗੱਲ ਕਹਿ ਕੇ ਤੇ ਮੈਂ ਆਪਣੇ ਆਪ ਹੀ ਅੰਦਰ ਵੜ ਗਿਆ ਈ ਪ੍ਰਮਾਤਮਾ ਜਾਣੇ ਵੀ ਇਹ ਦੀ ਕੋਈ ਹੋਰ ਗੱਲ ਸੀ ਇਹ ਮੇਰੇ ਨਾਲ ਮਜ਼ਰੇ ਨੇ ਮੜਾ ਵਿਹਾਰ ਕੀਤਾ ਪ੍ਰਗਟ ਸਿੰਘ ਨੇ ਮੇਰੇ ਨਾਲ ਮੈਂ ਕਿਹਾ ਜੀ ਸਾਰਾ ਗੱਲ ਇਹ ਸਾਡੇ ਬੱਚੇ ਇੰਟਰੈਲ ਦਿੱਤਾ ਹੈ ਸਾਡਾ ਬੱਚਾ ਟੌਪ ਤੇ ਸੀ ਉਹਦਾ ਨਾਂ ਕਿਉਂ ਨਹੀਂ ਆਇਆਗਾ ਕਹਿੰਦਾ ਵੀ ਇਹਨੇ ਤਾਂ ਟ੍ਰੈਲ ਦਿੱਤਾ ਹੀ ਨਹੀਂਗਾ ਮੁੱਕਰੀ ਗਿਆ ਮੈਂ ਕਿਹਾ ਜੀ ਹੁਣ ਸਾਡੇ ਕੋਲ ਨਾ ਤਾਂ ਕੋਈ ਪਿਕਚਰ ਹੈਗੀ ਉਹਦੀ ਨਾ ਕੋ ਸਾਡੇ ਕੋਲੇ ਮੈਂ ਕਿਹਾ ਜਿਹੜੇ ਜਿਹੜੇ ਕੋਚ ਨੇ ਲਿਆ ਸੀ ਮੈਂ ਕਿਹਾ ਉਹਦਾ ਨਾਂ ਸਰਾਰ ਮਹਿੰਦਰ ਸਿੰਘ ਹੈ ਅਮਰ ਤੋਂ ਨੇ ਛਕਿਆ ਹੈ ਸ੍ਰੀ ਸਾਹਿਬ ਉਹਦੇ ਉੱਪਰ ਪਾਇਆ ਸੀ ਮੈਂ ਕਿਹਾ ਜੀ ਉਹਨੂੰ ਸੱਦ ਲਓ ਉਹ ਇੱਕ ਹੀ ਕਹਿ ਦੇ ਆਪਦੇ ਮੂੰਹ ਨਾਲ ਵੀ ਸ਼ੇਰੇ ਨੇ ਟ੍ਰਾਇਲ ਨਹੀਂ ਦਿੱਤਾ ਕਿਤੇ ਅਸੀਂ ਚੁੱਪ ਕਰ ਜਾਾਂਗੇ ਜੀ ਮੈਨੂੰ ਉਹਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਚਲੋ ਜੀ ਮੈਂ ਵੀ ਉੱਥੇ ਫਿਰ ਰਾਤ ਮੇਰੇ ਵੀ ਆਪਦੇ ਕੋਈ ਹੈ ਸੀ ਸਾਡੇ ਮੇਰਾ ਕਲਾਸ ਫੈਲੋ ਸੀ ਮੇਰੇ ਪਿੰਡ ਦਾ ਸੀਐਮ ਮੰਜਾਲ ਬਾਰ ਐਸੋਸੀਏਸ਼ਨ ਦਾ ਚੇਅਰਮੈਨ ਸੀ ਮੈਂ ਉਹਨੂੰ ਕਿਹਾ ਮੈਂ ਹੇਰ ਤੇਰੇ ਭਤੀਜੇ ਇਸ ਤਰ੍ਹਾਂ ਗੱਲ ਤੱਕਾ ਹੁੰਦਾ ਪਿਆ ਉਹਦੇ ਨਾਲ ਉਨੇ ਹੀ ਪ੍ਰਗਟ ਸਿੰਘ ਨਾਲ ਗੱਲ ਕੀਤੀ ਜਿਹੜਾ ਸਪੋਰਟ ਸੈਕਟਰੀ ਸੀ ਉਹਨੂੰ ਉਹਦੇ ਤੋਂ ਵੀ ਕਿਹਾ ਤੇ ਇਹ ਸਭ ਉਹ ਜ਼ਿਆਦਾ ਜੀ ਚੜ ਗਿਆ ਜਦੋਂ ਦੂਜੇ ਦਿਨ ਅਸੀਂ ਗਏ ਜੀ ਤੇ ਇਹ ਉੱਥੇ ਇੱਕ ਹੋਰ ਬੈਠਾ ਸੀ ਕੋਚ ਉਹ ਕਹਿੰਦਾ ਵੀ ਤੁਸੀਂ ਕਿਉਂ ਜਿੱਤਦੇ ਵੀ ਇਹ ਜੇ ਕੋਈ ਬੱਚਾ ਨਹੀਂ ਹੈ ਇਸ ਇਵੈਂਟ ਦੇ ਵਿੱਚ ਹੈਗਾ ਤੇ ਆਪਾਂ ਟ੍ਰਾਇਲ ਦੁਬਾਰਾ ਲੈ ਲੈਨੇ ਆ ਮੈਂ ਕਿਹਾ ਦੁਬਾਰਾ ਲੈ ਲਓ ਜੀ ਫਿਰ ਨਾ ਨਾ ਜੀ ਉੱਥੇ ਸਾਨੂੰ ਜਲੰਧਰ ਭੇਜ ਦਿੱਤਾ ਉੱਥੇ ਕੋਚ ਨੂੰ ਕਹਿੰਦਾ ਵੀ ਜਦੋਂ ਤੁਸੀਂ ਟ੍ਰਾਇਲ ਲੋ ਜਦੋਂ ਇਹਦਾ ਏਜ ਗਰੁੱਪ ਤੇ 14 ਪਾਉਂਡ ਦਾ ਸੀ ਜਦੋਂ ਹੈਮਰ 14 ਪਾਉਂਡ ਦੇ ਨਹੀਂ ਸੀ ਟਾਂ ਸੀਗਾ। ਉੱਥੇ ਸਪੋਰਟਸ ਕਾਲਜੇ ਗਏ ਤੇ ਉਹ ਜਿਹੜਾ ਕੋਚ ਸੀ ਉਹ ਕਹਿੰਦਾ ਮੇਰੇ ਕੋਲ ਤਾਂ 14 ਪਾਉਂਡ ਦਾ ਹੈਮਰ ਹੀ ਹੈ ਨਹੀਂ ਗਾ ਜੀ। ਇਹਨੇ ਫਿਰ ਮੇਰੇ ਦਫ਼ਤਰ ਮੈਨੂੰ ਫੋਨ ਕੀਤਾ ਮੈਨੂੰ ਉਹਦਾ ਡੈਡੀ ਇਹ ਤਾਂ ਕਹਿੰਦੇ ਸਾਡੇ ਕੋਲ ਹੈਮਰ ਹੀ ਨਹੀਂ 14 ਪਾਉਂਡ ਦਾ। ਮੈਂ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਜੀ ਕਿਉਂ ਖਰਾਬ ਕਰਦੇ ਜੀ। ਆਂਦੇ ਨਹੀਂ ਜੀ ਸਾਡੇ ਕੋਲ ਸੱਚੀ ਹੈ ਨਹੀਂ ਗਾ ਸੌਂ ਵਾਲੀ ਗੱਲ ਜੀ ਕੀਤੀ ਉਹਨੇ। ਮੈਂ ਕਹੇ ਕਿ ਕਿੰਨੇ ਪੌਂਡ ਦਾ 16 ਦਾ ਮੈਂ ਕਹੇ 16 ਸਟਾਲੋ ਜੇ ਤੁਸੀਂ 19 ਰੇਸ਼ਿਓ ਕੱਢਦੇ ਜੇ ਵੀ 14 ਦੇ ਇਨਾਂ ਦੇ ਆਂਦਾ ਚਲੋ ਐਂ ਕਰ ਲੈਨੇ ਜੀ ਇਹਨੇ ਵੀੜਾ ਉੱਥੇ 16 ਪੌਂਡ ਦਾ ਹੈਮਰ ਲੁਧਿਆਣੇ ਨਾਲੋਂ ਵੀ 2 ਮੀਟਰ ਵੱਧ ਸਿੱਟ ਦਿੱਤਾ ਜੀ ਉੱਥੇ ਨਾਲ 2 ਪੌਂਡ ਜ਼ਿਆਦਾ ਸੀਗਾ ਤਾਂ ਉਹਨੇ ਫਿਰ ਮੈਨੂੰ ਉਹਨੇ ਵਧਾਈ ਦਿੱਤੀ ਮੈਨੂੰ ਆਂਦਾ ਯਾਰ ਬਹੁਤ ਵਧੀਆ ਬੱਚਾ ਆਪਣਾ ਬਹੁਤ ਵਧੀਆ ਕੋਚ ਨੇ ਮੈਂ ਕਹੇ ਸਾਨੂੰ ਰਿਟਰਨ ਰਿਜ਼ਲਟ ਦੇ ਦਿਓ ਆ ਦਾ ਵੀ ਰਿਟਰਨ ਮੈਨ ਹੀ ਦੇ ਸਕਦਾ ਮੈਨੂੰ ਡਾਇਰੈਕਟਰ ਸਾਹਿਬ ਦਾ ਹੁਕਮ ਹੈ ਮੈਂ ਕਿਹਾ ਵੀ ਚਲੋ ਅਸੀਂ ਫਿਰ ਗਏ ਜੀ ਡਾਇਰੈਕਟਰ ਸਾਹਿਬ ਕੋਲੇ ਮੈਨੂੰ ਆ ਦਾ ਵੀ ਤੁਸੀਂ ਨਾ ਐਵੇਂ ਜੇਦ ਕਰਦੇ ਜਿ ਇਸ ਤਰ੍ਹਾਂ ਮੁੰਡੇ ਲੜ ਪੈਂਦੇ ਹੁੰਦੇ ਨੇ ਜਿਹੜੀਆਂ ਗੱਲਾਂ ਮਗਰ ਜੈਸੇਦਾਰਾ ਤੂੰ ਪਿਆ ਆ ਮੈਂ ਕਿਹਾ ਸਾਰ ਅਸੀਂ ਕੋਈ ਲੜਨ ਨਹੀਂ ਆਏ ਅਸੀਂ ਤਾਂ ਖੇਡਣ ਆਏ ਈਆਂ ਚਲ ਕੋਨੀ ਮੈਂ ਦੇਖਾਂਗਾ ਦੇਖਾਂਗਾ ਇਹਨਾਂ ਟਾਲ ਦਿੱਤਾ ਜੀ ਮੈਂ ਮੇਰੇ ਬੇਟੇ ਨੂੰ ਕਿਹਾ ਮੈਂ ਚਲ ਕੋਨੀ ਯਾਰ ਅੱਗੇ ਸਾਲ ਤੈਨੂੰ ਖੋਇਆ ਹੈ ਨਾ ਹੋਰ ਸਾਲ ਖਾਲਿਆਂਗੇ ਜਦੋਂ ਇਹ ਬਦਲ ਗਈ ਸਰਕਾਰ ਤੇ ਆਪਾਂ ਮੈਂ ਕਿਹਾ ਫੇਰ ਵੇਖਾਂਗੇ ਕੋਨੀ ਅਗਲੇ ਸਾਲ ਟ੍ਰਾਇਲ ਦੇ ਲਾਂਗੇ ਤੂੰ ਕਿਹੜਾ ਬੁੱਢਾ ਹੋ ਚੱਲਿਆ ਅਸੀਂ ਆਪਦੇ ਘਰੇ ਆ ਗਏ ਜੀ ਇਹ ਕਿੰਨੀ ਉਮਰ ਸੀ ਜੀ ਇਹ ਉਮਰ ਉਹ ਤੋਂ ਨੀਤੀ ਜੀ 16 ਸਾਲ 16 17 ਸਾਲ ਹਾਂਜੀ 88 ਦਾ ਜਨਮ ਹੈ ਦੀ ਇਹਦਾ ਤੇ ਇਹ 2007 ਦੀ ਗੱਲ ਹੈ ਜੀ ਹਾਂਜੀ ਜਦੋਂ ਕੈਪਟਨ ਸਰਕਾਰ ਸੀ ਉਦੋਂ ਉਹ ਉਸ ਤੋਂ ਇਹ ਇਹ 6 ਦੀ 6 ਦੀ ਗੱਲ ਹੈ ਜੀ 7 ਚ ਗਾਂ ਸਰਕਾਰ ਬਦਲੀ ਜਾਂਦੀ 6 ਦੀ ਗੱਲ ਹੈ ਤੇ ਉਹਨੇ ਜਿਹੜਾ ਮੁੰਡਾ ਇਹਦੀ ਥਾਂ ਤੇ ਰੱਖਣਾ ਸੀ ਕੋਈ ਉਹਦਾ ਰਿਸ਼ਤੇਦਾਰ ਸੀ ਪਹਿਲਾਂ ਵੀ 2 ਸਾਲ ਤੇ ਸੀ ਇਧਰ ਪੱਟੀ ਸਾਈਡ ਦਾ ਸੀ ਬਿੱਲਾ ਬਿੱਲਾ ਵਜਦਾ ਸੀ ਮੁੰਡਾ ਜੀ ਤੇ ਉਹ ਨਕਮਾ ਜਾਇਗਾ ਸੀ ਜੀ ਇਹਨੇ ਉਹਨੂੰ ਰੱਖਣਾ ਸੀ ਉਸੇ ਤੇ ਉਹ ਇਹਦੇ ਆ ਕੇ ਜੀ ਇੱਕ ਕਰ ਰਿਹਾ ਸੀ ਕਲਦਾਈ ਪ੍ਰੈਕਟਿਸ ਕਰ ਰਿਹਾ ਸੀ ਉੱਥੇ ਗੁਰਨਾਨਕ ਸਟੇਡੀਅਮ ਦੇ ਨਾਲ ਹੀ ਉਹਦਾ ਜਿਹੜਾ ਸਪੀਡ ਫੌਂਡਸ ਅਕੈਡਮੀ ਦਾ ਸਟੇਡੀਅਮ ਇਹਨੂੰ ਉਹ ਵੀ ਨਾਲ ਹੀ ਹੈ ਜੀ ਉਹਦੇ ਚ ਹੀ ਕਰ ਰਿਹਾ ਸੀ ਇਹ ਗੱਲ ਹੈ ਜੀ ਮਈ ਦੀ ਪੂਰੀ ਗਰਮੀ ਸੀ ਉਹਦਾ ਇਹ ਕਲਾਈ ਸੀ ਆਵਦੀ ਕੋਚਿੰਗ ਕਲਾਈ ਥਰੋ ਕਰਦਾ ਸੀ ਕਿਉਂਕਿ ਮੈਂ ਇਹਨੂੰ ਕੋਈ ਦੇਸੀ ਦਵਾਈ ਦਿੱਤੀ ਸੀ ਇਹਨੂੰ ਗਰਮੀ ਨਹੀਂ ਮਹਿਸੂਸ ਹੁੰਦੀ ਤੇ ਉਹ ਮੁੰਡੇ ਆ ਕੇ ਜੀ ਇਹਦੇ ਗਲ ਪੈ ਗਏ ਉਹਨਾਂ ਨੇ ਇਹਦੇ ਸਿਰ 'ਚ ਜੀ ਟੋਟਲ 32 ਟਾਂਕੇ ਲੱਗੇ ਸੀ ਇਹਦੇ ਸੱਟਾਂ ਮਾਰ ਦਿੱਤੀਆਂ ਜੀ ਮੁੰਡਿਆਣੇ ਉੱਥੇ ਬੀਐਸਐਫ ਦੇ ਪਲਵਾਨ ਸੀਗੇ ਉਹ ਉਹਨਾਂ ਨੇ ਛਡਾਇਆ ਨਹੀਂ ਤੈਨੂੰ ਹੋ ਸਕਦਾ ਉੱਥੇ ਹੀ ਮਾਰ ਦਿੰਦੇ ਜੀ ਮੁੰਡੇ ਫਿਰ ਉਹ ਮਾਰਨ ਤੋਂ ਸੱਟਾਂ ਮਾਰਨ ਤੋਂ ਬਾਅਦ ਉਹ ਆਪ ਹੀ ਪਰ ਮਾਤਾ ਜਾਨੀ ਉਹਨਾਂ ਦੇ ਕੀ ਮਨ ਚ ਆਈ ਉਹ ਆਪ ਹੀ ਉਹਨੂੰ ਚੱਕ ਕੇ ਲਗਾਇਆ ਉਸਤਾਦ ਜੀ ਸਿਵਲ ਹਸਪਤਾਲ ਚ ਉਹਨਾਂ ਮੁੰਡਿਆਂ ਨੇ ਸੱਟਾਂ ਮਾਰੀਆਂ ਉਹੋ ਹੀ ਜਾ ਕੇ ਦਾ ਇਲਾਜ ਕਰਾਇਆ ਉਹਨਾਂ ਨੇ ਜੀ ਇਹ ਨਾ ਨਾ ਇਹ ਉੱਥੇ ਇਹਦੇ ਕੋਈ ਸਪੋਰਟਸ ਵਾਲੇ ਮੁੰਡੇ ਸੀ ਉਹ ਚੰਡੀਗੜ੍ਹ ਦੇ ਸੀ ਇਹਨੇ ਉਹਨੂੰ ਨਾ ਫੋਨ ਕਰ ਦਿੱਤਾ ਜੀ ਮੈਂ ਉਦੋਂ ਇਹਨੂੰ ਨਾ ਜੀ ਕਿਸ਼ਤਾਂ ਦੇ ਲੈ ਕੇ ਦਿੱਤਾ ਹੈ ਰਿਲਾਇੰਸ ਦੇ ਛੋਟੇ ਛੋਟੇ ਫੋਨ ਕਿਸ਼ਤਾਂ ਤੇ ਮਿਲਦੇ ਸੀ ਇਹਦੇ ਕੋਲੇ ਫੋਨ ਹੈਗਾ ਸੀ ਇਹਨੇ ਨਾ ਉੱਥੋਂ ਆਪਦੇ ਹਸਪੀਟਲ ਚੋਂ ਨਾਲ ਫੋਨ ਕਰ ਦਿੱਤਾ ਵੀ ਮੈਨੂੰ ਇਸ ਤਰ੍ਹਾਂ ਨਾ ਫਰਾਣਾ ਗਰੁੱਪ ਦੋਦੀ ਗਰੁੱਪ ਵਜਦਾ ਸੀ ਉਹ ਵੀ ਉਹ ਮੇਰੇ ਸੱਟਾਂ ਮਾਰ ਗਏ ਨੇ ਉਹ ਚੰਡੀਗੜ੍ਹ ਵਾਲੇ ਮੁੰਡੇ ਐਕਚੁਅਲੀ ਜੀ ਉਹ ਆ ਗਏ ਸੀ ਉਹ ਗਲਤ ਜੀ ਉਹ ਪਹਿਲਾਂ ਹੀ ਗਲਤ ਕੰਮ ਕਰਦੇ ਸੀ ਉਹ ਇਹਦੇ ਉਹ ਆਦੇ ਵੀ ਅਸੀਂ ਦੋ ਘੈਂਟੇ ਚਾਹੇ ਤੇ ਉਹ ਮੁੰਡੇ ਇਹਦੀ ਦੇਖਪਾਲੀ ਕਰਦੇ ਪਏ ਸੀ ਜੀ ਉਧਰ ਉਹ ਚੰਡੀਗੜ੍ਹ ਵਾਲੇ ਆ ਗਏ ਉਹਨਾਂ ਨੇ ਜੀ ਇਹਨਾਂ ਦੇ ਵੀ ਸੱਟਾ ਸੁੱਟਾ ਮਾਰ ਦਿੱਤੀਆਂ ਚਲੋ ਬਰਾਬਰ ਹੋ ਗਏ ਜੀ ਸਾਨੂੰ ਤਾਂ 20 ਦਿਨਾਂ ਬਾਅਦ ਪਤਾ ਲੱਗਿਆ ਜਦੋਂ ਮੇਰੇ ਬੇਟੇ ਨੇ ਫੋਨ ਕੀਤਾ ਵੀ ਡੈਡੀ ਆਇਆ ਜੇਕਰੀ ਤੇ ਸਾਡੀ ਲੜਾਈ ਹੋ ਗਈ ਸੀ ਤੇ ਪਰਾਈਨਾਮਾ ਕਰਨਾ ਹੈ ਅਈ ਜੋ ਜਾ ਕੇ ਦੇਖਿਆ ਤੇ ਉਥੇ ਮੈਨੂੰ ਕਿਹਾ ਕੰਮ ਹੀ ਹੋ ਰੋਇਆ ਪਿਆ ਅਸੀਂ ਜੋ ਉਹਨਾਂ ਉਹ ਪੁਲਿਸ ਵਾਲਿਆਂ ਦੇ ਬੱਚੇ ਸੀ ਸਾਰੇ ਜਿਨ੍ਹਾਂ ਨੇ ਇਹਦੇ ਸੱਟਾਂ ਮਾਰੀਆਂ ਸੀ ਅੱਛਾ ਹਾਂਜੀ ਆਤਮਨਗਰ ਥਾਣਾ ਸੀ ਜੀ ਲੁਧਿਆਣਾ ਲੁਧਿਆਣਾ ਅਸੀਂ ਉੱਥੇ ਰਾਜਨਾਮਾ ਲਿਖ ਕੇ ਦੇ ਦਿੱਤਾ ਮੈਂ ਕਿ ਸਾਡਾ ਕੋਈ ਰੋਲਾ ਨਹੀਂ ਨਾ ਉਹਦੇ ਆਪਦੇ ਘਰੇ ਵਸਣ ਬੱਚੇ ਗਿਆ ਸੀ ਮੈਂ ਉਹਨੂੰ ਲੈ ਕੇ ਘਰੇ ਆ ਗਿਆ ਫਿਰ ਮੈਂ ਇਹਦਾ ਰਾਜਸਥਾਨ ਵੀ ਇਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਇਹ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਜੀ ਇੱਥੇ ਜੈਪੁਰ ਯੂਨੀਵਰਸਿਟੀ 'ਚ ਮੈਂ ਕਿ ਚਲ ਉਧਰ ਤੇਰੇ ਸਾਈਕੋਲੋਜੀ ਦੇ ਵਿੱਚ ਐਡਮਿਸ਼ਨ ਕਰਾ ਦਿੰਨੇ ਆ ਤੇ ਇਹ ਆਦਾ ਮੈਂ ਤਾਂ ਜੀ ਲੱਗਦਾ ਫਿਰ ਜੀ ਇਹਨੂੰ ਇਹਦੀ ਉੱਥੇ ਖਾਲਸਾ ਕਾਲਜ ਚੰਡੀਗੜ੍ਹ ਐਡਮਿਸ਼ਨ ਕਰਾ ਦਿੱਤੀ ਅਸੀਂ ਤੇ ਕੋਚਿੰਗ ਲੁਧਿਆਣਾ ਹੀ ਲੈਂਦਾ ਸੀ ਜਿਹੜਾ ਮੁੰਡੇ ਸੀ ਉਹ ਸੀ ਐਕਚੁਅਲੀ ਗਲਤੀ ਉਹਨਾਂ ਨੇ ਇੱਕ ਰਜੀਵ ਰਾਜਾ ਨਾਂ ਦਾ ਮੁੰਡਾ ਜੀ ਉਹਨੇ ਕਾਫੀ ਕਤਲ-ਕੁਤਲ ਕੀਤੇ ਹੋਏ ਸੀਗੇ ਤੇ ਉਹ ਸਰਕਾਰ ਬਦਲ ਚੁੱਕੀ ਸੀ ਫਰਵਰੀ ਦੀ ਗੱਲ ਹੈ ਜੀ 2007 ਦੀ 7 ਇਨਾ ਮੈਨੂੰ ਪਤਾ ਜੀ ਫਰਵੀਸ ਸੁਖਬੀਰ ਬਾਦਲ ਆਇਆ ਸੀ ਬਰਨਾਲੇ ਜੀ ਉਹ ਤਰੀਕਾ ਹੀ ਪੁੱਲੀਆਂ ਪਈਆਂ ਸਾਰੀਆਂ ਤੇ ਇਹ ਉਹ ਮੁੰਡਿਆਂ ਨੂੰ ਜੀ ਬਠਿੰਡੇ ਜੇਲ੍ਹ ਚੋਂ ਪੁਲਿਸ ਵਾਲੇ ਪੇਸ਼ੀ ਤੇ ਲੁਧਿਆਣੇ ਲੈ ਜਾਂਦੇ ਸੀਗੇ ਉਹਨਾਂ ਨੇ ਉਹ ਛਡਾਉਣਾ ਸੀ ਮੁੰਡਾ ਜੀ ਚੰਡੀਗੜਾ ਲੈ ਆਣੇ ਇਹਨੂੰ ਬਾਨੇ ਨਾਲ ਲੈ ਗਏ ਵੀ ਯਾਰ ਚਿਹਰੇ ਤੋਂ ਇੱਕ ਰੀ ਆਪਾਂ ਬਰਨਾਲੇ ਜਾਣਾ ਹੈ ਉੱਥੇ ਜਾ ਕੇ ਇਹਨਾਂ ਦੇ ਵਿਆਹ ਕੰਮ ਆਪਾਂ ਕਰਨਾ ਹੈ ਇਹ ਉਹਨਾਂ ਦਾ ਸਹਾਰਮੰਦ ਸੀ ਕਿਉਂਕਿ ਉਹਨਾਂ ਨੇ ਇਹਦੇ ਮਦਦ ਕੀਤੀ ਸੀ ਬਸ ਉਹ ਫਿਰ काम चल ਪਿਆ ਜੀ ਇਹ ਛੜਾ ਕੇ ਲੈ ਆਏ ਫਿਰ ਇੱਕ ਦੋ ਚਾਰ ਸਨਤਾ ਜੀ ਬੇਟਾ ਫਿਰ ਉਹਦਾ ਵੀ ਪਤਾ ਲੱਗਾ ਜਦੋਂ ਟੀਵੀ 'ਚ ਇਹਦੀ ਖਬਰ ਆਈ ਵੇਸਤਰਾ ਚੰਡੀਗੜ੍ਹ ਪੁਲਿਸ ਨੇ ਫੜੇ ਚਾਰ ਪੰਜ ਜਣੇ ਤੇ ਉਹਨਾਂ ਕੋਲ ਆ ਆਪਣੀ ਚਾ ਆਪਣੀ ਚਾਹੀ ਫਿਰ ਅਸੀਂ ਇਹਦੇ ਮਗਰ ਪੈਰ ਵੀ ਪਹਿਲਾਂ ਤਾਂ ਨਹੀਂ ਮੈਂ ਕੀਤੀ ਜੀ ਫਿਰ ਹਾਲੀਵੁੱਡ ਮੈਨੂੰ ਆਦਾ ਡੈਡੀ ਵੀ ਮੈਨੂੰ ਇੱਕ ਰੀ ਨਰਕ 'ਚੋਂ ਕੱਢ ਲਓ ਮੈਂ ਇਸ ਪਰਸੇ ਨਹੀਂ ਆਉਂਦਾਗਾ ਇਹਦੇ ਤੇ ਜੋ 16 ਪਰਚੇ ਦਰਜ ਹੋਏ ਸੀਗੇ ਮੈਂ ਜੀ ਕੋਈ ਵੀ ਤਰੀਕਾ ਅਪਣਾਇਆ ਕਿਸੇ ਤਰੀਕੇ ਮੈਂ ਜੋ ਸਾਰੇ ਇੱਕੋ ਜਿਹੜੇ ਸਿਰਫ ਇੱਕ ਸਿੰਗਲ ਪਰਚਾ ਰਹਿ ਗਿਆ ਬਾਕੀ ਤਕਰੀਬਨ ਬਰੀ ਕਰਾ ਲਈ ਸੀ ਜਿਹੜਾ ਬਰਨਾਲੇ ਵਾਲਾ ਸੀ ਨਾ ਉਹਦੇ ਚ ਜਦੋਂ ਇਹਦੀ ਬੇਲ ਹੋ ਗਈ ਜੀ ਫਿਰ ਮੈਂ ਉਹਨਾਂ ਜੀ ਲੁਧਿਆਣੇ ਜੇਲ ਦੇ ਵਿੱਚ ਨਾ ਜੀ ਇਹ ਕਿਹੜੀ ਵਿਜੇਲ ਚ ਚੰਡੀਗੜ੍ਹ ਰਿਆ ਜਿ ਬੜੈਲ ਚ ਉੱਥੇ ਲੜਿਆ ਵਿੱਚ ਲੋਕਾਂ ਨਾਲ ਉੱਥੇ ਲੋਕਾਂ ਸੱਟਾ ਸੁੱਟਾ ਮਾਰੀਆਂ ਉੱਥੇ ਪਰਚਾ ਦਰਜ ਹੋ ਗਿਆ ਲੁਧਿਆਣਾ ਆਇਆ ਜੀ ਲੁਧਿਆਣੇ ਲੜਿਆ ਨਾਬੇ ਗਿਆ ਜਨਾਬੇ ਮਤਲਬ ਜੇਲ੍ਹ ਦੇ ਵਿੱਚ ਵੀ ਇਹੋ ਕੁਛ ਚੱਲਦਾ ਰਿਹਾ ਜੀ ਤੇ ਸਾਨੂੰ ਜਦੋਂ ਨਾਬੇ ਸੀ ਨਾ ਮੈਨੂੰ ਮੇਰੇ ਰਿਸ਼ਤੇਦਾਰ ਸਾਰੇ ਪੁਲਿਸ ਸੀ ਮੈਨੂੰ ਆਦੇ ਵੀ ਆਪੇ ਦੀ ਜ਼ਮਾਨਤ ਨਾ ਕਰਾਈਗੇ ਇਹ 2011 ਚ ਮੈਨੂੰ ਆਦਾ ਵੀ ਡੈਡੀ ਮੇਰੀ ਜ਼ਮਾਨਤ ਕਰਾ ਲਾ ਜੇ ਮੇਰੀ ਜ਼ਮਾਨਤ ਤੂੰ ਨਾ ਕਰਾਈ ਕਿਸੇ ਮੇਰੀ ਜ਼ਮਾਨਤ ਕਰਾਉਣ ਨੂੰ ਹੋਰ ਬਹੁਤ ਯਾਰ ਨੇ ਤੇ ਫਿਰ ਮੈਂ ਤੇਰੇ ਹੱਥੋਂ ਨਿਕਲਿਆ ਮੈਂ ਤੇਰੇ ਕੋਲ ਨਹੀਂ ਆਉਣਾ ਦਾ ਮੈਂ ਜੀ ਇਕੱਲਾ ਇਕੱਲਾ ਪੁੱਤਰ ਸੀ ਮੈਂ ਵੀ ਜੱਜਬਾਦ ਚ ਆ ਕੇ ਮੈਂ ਇਹਦੀ ਬੇਲ ਕਰਾ ਲਈ ਇਹਨਾਂ ਲੈਣ ਦਾ ਕਰੇ ਜਦੋਂ ਅਸੀਂ ਘਰੇ ਆਏ ਆ ਜੀ ਸਾਡੇ ਘਰੇ ਕੋਈ ਕਹਿੰਦਾ ਯਾਰ ਕੋਈ ਕਹਿੰਦਾ 500 ਮਲਛੇ 700 ਗੱਡੀਆਂ ਨੂੰ ਛੱਡਨਾਈ ਜੀ ਸਾਡੇ ਘਰੇ ਤਾਂ ਉਦੋਂ ਐ ਸਾਡੇ ਇਧਰ ਪਾਣੀ ਆਇਆ ਆ ਸੀ ਬਾਦਲ ਸਾਹਿਬ ਵੀ ਜਿਹੜੇ ਆ ਨਾ ਜੀ ਇਹ ਏ 12 ਦਾ ਉਹ 12 ਚ ਇਲੈਕਸ਼ਨ ਹੋਣਾ ਸੀਗਾ ਇਧਰ ਦੌਰੇ ਦੂਰੇ ਤੇ ਫਿਰਦੇ ਸੀ ਬਾਦਲ ਸਾਹਿਬ ਵੀ ਪੁਲਿਸ ਵੀ ਬਹੁਤ ਸੀ ਸਾਡੇ ਘਰੇ ਇੱਥੇ ਤਹਿਸੀਲਦਾਰ ਸਾਹਿਬ ਆਏ ਮੈਂ ਉਹਨਾਂ ਨੂੰ ਕਿਹਾ ਮੈਂ ਇਹ ਦੇਖ ਲੋ ਜੀ ਪ੍ਰਸ਼ਾਸਨ ਦਾ ਕੀ ਹਾਲ ਹੈ ਜੀ ਤਕਰੀਬਨ ਸਾਰੇ ਮੁੰਡਿਆਂ ਕੋਲ ਨਜਾਇਜ਼ ਹਥਿਆਰ ਸੀਗੇ ਸਾਡੇ ਘਰੇ ਜਿਹੜੇ ਆਏ ਨਾ ਸਾਡਾ ਪਿੰਡ ਸਾਰਾ ਪਾਣੀ ਚ ਡੁੱਬਿਆ ਪਿਆ ਸੀਗਾ ਤੇ ਚਲੋ ਜਿਹੜੇ ਘਰੇ ਆਏ ਮੈਨੂੰ ਇਹਾਂ ਦਾ ਵੀ ਰੋਟੀ ਖਵਾਣੀ ਮੈ ਸੀ ਜੀ ਸਾਦੀ ਰੋਟੀ ਦਾਲ ਫੁਲਕਾ ਬਣਾਇਆ ਸੀ ਮੈਂ ਇਹ ਉਹਨਾਂ ਨੂੰ ਰੋਟੀ ਪਾਣੀ ਖਵਾਤਾ ਤੇ ਮੈਂ ਪ੍ਰਸ਼ਾਸਨ ਨੂੰ ਮੈਂ ਆਪ ਕਹਾਂ ਮੈਂ ਇਹ ਦੇਖ ਲਈਆ ਵੀ ਸਾਰੇ ਉਹਨਾਂ ਇਹਨੇ ਬੱਚਿਆਂ ਕੋਲ ਲਾਇਸੈਂਸੀ ਹਥਿਆਰ ਨਹੀਂ ਹੈਗੇ ਜੀ ਜਿਹੜਾ ਰੋਕੀ ਰੁਕੀ ਅਰੀ ਜਿਹਨੇ ਜਿੰਨੇ ਨਾਮਵਰ ਬਦਮਾਸ਼ ਸੀ ਉਤਰੀ ਭਾਰ ਦੇ ਸਾਰੇ ਆਏ ਸੀ ਮੈਂ ਕਿਹਦਾ ਕਿਹਦਾ ਨਾਲ ਅੱਛਾ ਇਹ ਛੱਡ ਨਾ ਆਏ ਚਲੋ ਫੇਰ ਅਸੀਂ ਜੀ ਇਹਨੂੰ ਸਮਝਾਇਆ ਸੋ ਜੋ ਆ ਤੇ ਘਰੇ ਬਹਿ ਗਏ ਕਿਤੇ ਨਹੀਂ ਸੀ ਜਾਂਦਾਗਾ ਉਹ ਘਰੇ ਇੱਥੇ ਜੋ ਸਾਡੇ ਕੋਲ ਥੋੜੀ ਕੰਨੀ ਜ਼ਮੀਨ ਹੈਗੀ ਸੀ ਆ ਉਹਦਾ ਕੰਮਕਾਰ ਕਰਦਾ ਸੀ ਉਧਰ ਆ ਗਿਆ ਜੀ ਆ ਕਾਂਗਰਸ ਦੇ ਇਹ ਜਿਹੜੇ ਯੂਥ ਦਾ ਇਲੈਕਸ਼ਨ ਜੀ ਉਹ ਫਰੋਜਪੁਰ ਤੋਂ ਅਸੀਂ ਉੱਥੇ ਮੈਂ ਫਰੋਜਪੁਰ ਵੀ ਸਰਵਿਸ ਕੀਤੀ ਜੀ ਮੈਂ ਉੱਥੇ ਰਹਿੰਦਾ ਰਿਹਾ ਸੀ ਤੇ ਉੱਥੇ ਦੀ ਵਾਕਫੀ ਸੀ ਜੀ ਉਹ ਸਤਕਾਰਕ ਔਰ ਗਹਿਰੀ ਐਮ ਐਲ ਏ ਬਣੀ ਸੀ ਪਿਛੇ ਕਾਂਗਰਸ ਸਰਕਾਰ ਚ ਉਹਦਾ ਘਰ ਵਾਲੇ ਨੇ ਇਲੈਕਸ਼ਨ ਲੜਨਾ ਸੀ ਯੂਥ ਦਾ ਜੀ ਡਿਸਟ੍ਰਿਕਟ ਦਾ ਇਹ ਉਹਦੀ ਮਦਦ ਮੁੱਤ ਕਰਨ ਗਿਆ ਚਲਾ ਉੱਥੇ ਚਲੋ ਉਹ ਹਾਰ ਗਿਆ ਜੀ ਉਸ ਤੋਂ ਬਾਅਦ ਇਲੈਕਸ਼ਨ ਆ ਗਿਆ ਜੀ ਵਿਧਾਨ ਸਭਾ ਦਾ ਉਹ ਬੰਦਾ ਜੀ ਇਹਨੂੰ ਫੇਰ ਲੈ ਗਿਆ ਜੀ ਚਲੋ ਸਾਡੀ ਮਦਦ ਕਰੋ ਜੀ ਉੱਥੇ ਇਹ ਨਾਰਮਲ ਜ਼ਿੰਦਗੀ ਜੀ ਰਿਹਾ ਸੀ ਆਪ ਦਾ ਮੈਨੂੰ ਇਹ ਆਂ ਦਾ ਵੀ ਡੈਡੀ ਮੈਨੂੰ ਕਾਰ ਲੈ ਕੇ ਦੇ ਮੈਂ ਇਹਨੂੰ ਕਿਸ਼ਤਾਂ ਤੇ ਕਾਰ ਵੀ ਲੈ ਕੇ ਦਿੱਤੀ ਤੇ ਮੈਨੂੰ ਆਗਾ ਵੀ ਲਿੱਕੀ ਮੇਰੇ ਕੋਲ ਮਰੂਤੀ ਸੀ ਆ ਦਾ ਮੇਰਾ ਮਰੂਤੀ ਦਾ ਸਟੈਂਡਰਡ ਨਹੀਂ ਮੈਂ ਵੱਡੀ ਲੈ ਕੇ ਤੇ ਮੈਂ ਇਹਨੂੰ ਆਪਟਰਾ ਮੈਗਨੋ ਕਾਰ ਕਿਸ਼ਤਾਂ ਤੇ ਲੈ ਕੇ ਦਿੱਤੀ ਤੇ ਮੈਨੂੰ ਉੱਥੇ ਉਹਦੇ ਇਲੈਕਸ਼ਨ ਚ ਚਲਾ ਗਿਆ ਜਿਸ ਦਿਨ ਵੋਟਾਂ ਸ਼ਹਿਰ 30 ਜਨਵਰੀ 31 ਜਨਵਰੀ ਨੂੰ ਵੋਟਾਂ ਪਈਆਂ ਸੀ ਪੋਲ ਹੋ ਗਈਆਂ ਬਿਲਕੁਲ ਵਧੀਆ ਜਦੋਂ 5 ਵਜੇ ਤੇ ਫਰੋਈਪਰ ਦੇ ਨਾਲ ਪਿਆਰੇ ਆਣਾ ਪਿੰਡੇਗਾ ਜੀ ਉੱਥੇ ਜਿਹੜੇ ਅੰਦਰ ਸੀਗੇ ਉਹ ਕਾਂਗਰਸ ਪਾਰਟੀ ਦੇ ਏਜੰਟ ਉਹਨੇ ਫੋਨ ਕਰ ਦਿੱਤਾ ਵੀ ਮੈਨੂੰ ਇਸ ਤਰ੍ਹਾਂ ਕਾਲੀ ਪਾਰਟੀ ਵਾਲੇ ੱਤਕਾ ਕਰਦੇ ਏ ਉਹਦੀ ਜਿਹੜੀ ਸਤਕਾਰਕ ਔਰ ਗੈਰੀ ਕੈਂਡੀਡੇਟ ਸੀ ਉਹਦੇ ਘਰ ਵਾਲੇ ਦੀ ਗੱਡੀ ਦੇ ਨਾਲ ਇਹ ਦੋਵੇਂ ਇਕੱਠੇ ਸੀ ਸਾਡੀ ਗੱਡੀ 'ਚ ਉਹ ਵੀ ਸੀਗਾ ਇਹ ਜਦੋਂ ਫੋਨ ਸੁਣਿਆ ਉਹਨੇ ਤੇ ਇਹਨੂੰ ਭਜਾ ਕੇ ਉੱਥੇ ਲੈ ਗਿਆ ਜੀ ਉਹ ਮੁੰਡਿਆਂ ਨੇ ਕੀ ਕੀਤਾ ਜੀ ਉਹ ਕਾਲੀਦਾਲ ਦੇ ਮੁੰਡੇ ਜਾਦੇ ਸੀਗੇ ਉਹਨਾਂ ਨੇ ਇਹਦੀ ਨਾ ਕਾਰ ਦੇ ਉੱਤੇ ਇੱਕ ਇਟ ਮਾਰ ਦਿੱਤੀ ਸ਼ੀਸ਼ਾ ਕਰੈਕ ਹੋ ਗਿਆ ਇਹ ਉਹਨਾਂ ਨੂੰ ਹੱਥ ਜੋੜਦਾ ਰਹਿਆ ਆਂਦਾ ਮੈਂ ਯਾਰ ਇੱਕ ਕਿਸ਼ਤ ਭਰੀ ਮੇਰੇ ਪਿਓ ਨੇ ਕਿਸ਼ਤਾਂ ਤੇ ਲੈ ਕੇ ਦਿੱਤੀ ਤੁਸੀਂ ਮੇਰੇ ਮਾਰ ਲਓ ਦੂਰ ਦੂਰ ਖੜੇ ਮੋਢੇ ਕੋਲ ਡੰਣ ਨਾਲੇ ਮੂੜ ਚ ਨਹੀਂ ਸੀ ਜਦੋਂ ਉਹ ਇਹਦੇ ਗੱਲ ਪੈਣ ਲੱਗੇ ਨਾ ਜੀ ਫਿਰ ਇਹਨਾਂ ਦੇ ਬਚਾਅ ਵਾਸਤੇ ਵੀ ਪੈਰਾਂ 'ਚ ਫੇਰ ਮਾਰਿਆ ਜੀ ਮੁੰਡੇ ਦੀ ਇਹਦੇ ਕੋਲ ਨਜਾਇਜ਼ ਹਥਿਆਰੇਗਾ ਸੀ ਸ਼ੇਰੇ ਕੋਲੇ ਜੀ ਮੈਨੂੰ ਨਹੀਂ ਸੀ ਪਤਾਗਾ ਪਰ ਇਹਦੇ ਕੋਲ ਹੈਗਾ ਸੀ ਜੋ ਦਿਨ ਫਾਇਰ ਮਾਰਿਆ ਉਹ ਬੱਚੇ ਦੀ ਕਿਸਮਤ ਮਾੜੀ ਸੀ ਉਹ ਥੋੜਾ ਜਿਹਾ ਗਾ ਹੋ ਗਿਆ ਉਹਦੇ ਇੱਚੇ ਵੱਜਾਈ ਫਾਇਰ ਲੀਵਰ ਤੇ ਉਹਦੀ ਡੈਥ ਹੋ ਗਈ ਫਿਰ ਇਹ ਪਗੋੜਾ ਹੋ ਗਿਆ ਜੀ ਉਥੋਂ ਫਿਰ ਉਸ ਤੋਂ ਬਾਅਦ ਇਹਨੇ ਫਿਰ ਉਹ ਉੱਥੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਕ ਐਪੀ ਦਿਓੜਾ ਸੀ ਮੁੰਡਾ ਜੀ ਉਹ ਇਹਦਾ ਦੋਸਤ ਹੀ ਸੀਗਾ ਉਹ ਪਤਾ ਨਹੀਂ ਕੀ ਇਹਨਾਂ ਦਾ ਬਣਿਆ ਸੀ ਜੀ ਉਹਨੇ ਇਹਦੇ ਨਾਲ ਧੋਖਾ ਧਾਕਾ ਕੀਤਾ ਸੀਗਾ ਇਹਨੇ ਉਹਨੂੰ ਮਾਰਿਆ ਉਸ ਤੋਂ ਬਾਅਦ ਤਾਂ ਫਿਰ ਬੇਟਾ ਚੜੀ ਲੱਗੀ ਤੇ ਬਸ ਪੁਲਿਸ ਰਜਾਨਾ ਹੀ ਇੱਥੇ ਮੇਰੇ ਘਰੇ ਆਉਂਦੀ ਸੀ ਕਦੀ ਇੱਥੇ ਕਰ ਦਿੱਤਾ ਜਾਂ ਉੱਥੇ ਕਰਤਾ ਮੈਨੂੰ ਕਦੀ ਉਹ ਪੁਲਿਸ ਲੈ ਗਈ ਕਦੀ ਆਹ ਲੈ ਗਈ ਮਤਲਬ ਰਜਾਨਾ ਹੀ ਕੋਈ ਨਾ ਕੋਈ ਵਾਰਦਾਤ ਕਰਦਾ ਸੀ ਤੇ ਰਜਾਨਾ ਮੈਨੂੰ ਪੁਲਿਸ ਲੈ ਜਾਂਦੀ ਸੀ ਤੇ ਓਏ ਮੈਨੂੰ ਆਹਦਾ ਮੇਰੀ ਜ਼ਿੰਦਗੀਆਂ ਦਾ ਪ੍ਰਗਟ ਸਿੰਘ ਨੇ ਖਤਮ ਕੀਤੀ ਮੈਨੂੰ ਇਸ ਪਾਸੇ ਤੋਰਿਆ ਮੈਂ ਪ੍ਰਗਟ ਸਿੰਘ ਨੂੰ ਮਾਰਨਾ ਹੈ ਮੈਂ ਬਿਟਾਇਆ ਦੇਣਾ ਪੈਰੀ ਪੱਗ ਰੱਖਤੀ ਮਹਿਨਾ ਯਾਰ ਫਿਰ ਕਿ ਹੋ ਗਿਆ ਆਪਣੇ ਨਾਲ ਹੋ ਗਿਆ ਉਹ ਮੈਂ ਕਿ ਹਿੰਦੁਸਤਾਨ ਦੀ ਹਾਕੀ ਦੀ ਟੀਮ ਦਾ ਕਪਤਾਨ ਰਿਹਾ ਹੈ ਇਹ ਕੰਮ ਨਹੀਂ ਕਰਨਾ ਦਾ ਕੋਸੋ ਤੋਰਿਆ ਤਾਂ ਪ੍ਰਗਟ ਸਿੰਘ ਰਾਏ ਆਪਦੀਆਂ ਗਲਤ ਨੀਤੀਆਂ ਕਰਕੇ ਸਾਡੇ ਸਪੋਰਟਸ ਵਿਭਾਗ ਨੇ ਜਿਹੜਾ ਇਹ ਸਾਰੇ ਸਪਾਰਸ਼ੀ ਕਰਦੇ ਨੇ ਤੇ ਜੇ ਨਾ ਸਾਡੇ ਨਾਲ ਧੱਕਾ ਹੁੰਦਾ ਨਾ ਇਧਰ ਤੁਰਦਾ ਫਿਰ ਉਸ ਤੋਂ ਬਾਅਦ ਜੀ ਜਦੋਂ ਚਲੋ ਉਹ ਤਾਂ ਕਾਂਗਰਸ ਕਾਂਗਰਸ ਹਾਰ ਗਈ ਜੀ ਫਿਰ ਕਾਲੀਦਾਲ ਦੀ ਸਰਕਾਰ ਆ ਗਈ ਉਹ ਆਪਦਾ ਜਿਹੜਾ ਐਮਐਲਏ ਦਾ ਘਰ ਵਾਲਾ ਸੀ ਉਹ ਪੈਸੇ ਪੁਸੇ ਦੇ ਕੇ ਆਪਦਾ ਉਹਨੇ ਰਾਇਨਾਵਾ ਕਰ ਲਿਆ ਜੀ ਪਰ ਸਾਡਾ ਤਾਂ ਘਰ ਉਹਦੇ ਕਰਕੇ ਬਰਬਾਦ ਹੋਇਆ ਉਹ ਬੰਦੇ ਨੇ ਸਾਡੀ ਜੀ ਕੁੱਤੇ ਜਿੰਨੀ ਕਦਰ ਨਹੀਂ ਪਾਈਗੀ ਜਿਹੜਾ ਜਸਪਾਲ ਸਿੰਘ ਕੀ ਨਾ ਜਸਮੀਲ ਸਿੰਘ ਲਾਡੀ ਗੈਰੀ ਵਾਜਦਾ ਜਿਹੜਾ ਜੀ ਮੇਰੀ ਬੇਟੀ ਉਥੇ ਨੇੜੇ ਪਿੰਡੇ ਤੇ ਇਲੈਕਸ਼ਨ ਆ ਗਿਆ ਹੁਣ ਪੰਚਾਇਤ ਦਾ ਜਦੋਂ ਹੁਣ ਦੁਬਾਰਾ ਜਿੱਤੀ ਤਾਂ ਮੈਂ ਮੇਰੇ ਕੋਲੋਂ ਨਾ 12 ਲੱਖ ਰੁਪਇਆ ਦੇ ਕੇ ਤੇ ਸਰਪੰਚ ਬਣਾਇਆ ਜੀ ਇਹ ਜਿਹੜੇ ਰਾਜਨੀਤਿਕ ਲੋਕ ਰਹੇ ਜੀ ਮਤਲਬ ਫੇਰੇ ਇੱਕ ਦਿਨ ਤਸਕਰ ਆ ਜੀ ਇਹ ਕਿੰਨੇ ਕੁ ਦੌਰ ਹੁੰਦੀ ਜੀ ਇਸ ਕਰ ਇਹ ਫਿਰ ਉਹਨੇ ਕੀ ਨਾ ਰੋਕੀਨੇ ਉਹਨੇ ਕਤਲ ਕੀਤਾ ਸੀ ਪੁਲਸ ਨੇ ਨਹੀਂ ਕੀਤਾ ਜੀ ਕਤਲ ਉਹਦੇ ਬੰਦਿਆਂ ਨੇ ਕੀਤਾ ਸੀ ਐਨਕਾਊਂਟਰ ਨਹੀਂ ਐਨਕਾਊਂਟਰ ਨਹੀਂ ਹੋਇਆ ਜੀ ਇਹਦਾ ਪੇੜ ਮਤਲਬ ਉਸ ਤੋਂ ਬਾਅਦ ਸਾਡੇ ਕੋਲੇ ਸਾਰੇ ਸਬੂਤ ਵੀ ਹੈਗੇ ਸੀ ਹੁਣ ਵੀ ਹੈਗੇ ਨੇ ਵੀ ਇਹਨਾਂ ਪੁਲਿਸ ਵਾਲਾ ਫਿਰ ਰੋਕੀ ਨੇ ਪੈਸੇ ਦੇ ਕੇ ਵੀ ਸਾਡਾ ਨਾਮ ਆਵੇ ਵੀ ਪੁਲਸ ਕਰਾਵੇ ਬੇਕਤਾ ਇਹ ਨਾਮਵਾਰ ਗੈਂਗਸਟਰ ਜਿਹੜਾ ਸ਼ਬਦ ਦਿੱਤਾ ਸੀ ਉਹ ਸੀਗਾ ਤੇ ਇਹ ਉਹਨਾਂ ਨੇ ਮਤਲਬ ਰੋਕੀ ਹਰਾਂ ਨੇ ਲਰਵਾਇਆ ਜੀ ਇਹ ਕੋਈ ਗੈਂਗ ਤੁਸੀਂ ਨਹੀਂ ਮੰਨਦੇ ਕਿ ਇਹਨਾਂ ਦਾ ਕੋਈ ਗੈਂਗ ਸੀਗਾ ਗੈਂਗ ਤਾਂ ਜੀ ਇਹ ਤਾਂ ਬਾਅਦ ਦੇ ਵਿੱਚ ਤਾਂ ਫਿਰ ਜਦੋਂ ਇਹ ਘੋੜਾ ਹੈ ਬਹੁਤ ਸੀ ਇਹਦਾ ਜੀ ਹੈਗਾ ਸੀ ਗੈਂਗ ਸੀ ਬਹੁਤ ਇੱਥੇ ਜਦੋਂ ਸਾਡੇ ਘਰੇ ਦੇਖੋ ਸੰਜੋਗ ਬੱਸ ਮਿਸਾਨੂ ਨੇ ਮਿਲਿਆ ਜੀ ਸਾਡੇ ਘਰੇ ਪਿੰਡ ਚ ਤਿੰਨ ਚਾਰ ਵਾਰ ਹੀ ਆਇਆ ਜੀ ਇਹ ਤਾਂ ਤੁਸੀਂ ਜੀ ਸਭ ਲੋਕੀ ਦੱਸਦੇ ਵੀ ਸਾਡਾ ਪਿੰਡ ਦੇ ਸਾਰੀਆਂ ਬਾਹਰੋਂ ਜਿੰਨੀਆਂ ਛੜਕਾਂ ਹੁੰਦੀਆਂ ਸਾਰੀਆਂ ਕਵਰ ਹੁੰਦੀਆਂ ਸੀ ਪਾਈ ਪਿੰਡ ਦਾ ਦਸ ਮੁੰਡੇ ਖੜੇ ਹੁੰਦੇ ਸੀ ਥਿਆਰਾਂ ਵਾਲੇ ਜਦੋਂ ਇਹ ਪਿੰਡ ਆਉਂਦਾ ਸੀ ਜੇ ਇੱਥੇ ਕਿਤੇ ਘਰੇ ਵੀ ਆਉਂਦਾ ਸੀ ਤੇ ਬਾਹਰ ਸਾਡਾ ਪੂਰਾ ਘਰ ਕਵਰ ਕੀਤਾ ਹੁੰਦਾ ਸੀ ਗੈਂਗ ਤਾਂ ਹੈਗਾ ਸੀ ਇਹਦਾ ਪਰ ਇਹ ਨਹੀਂ ਕਹਿ ਸਕਦੇ ਵੀ ਨਹੀਂ ਸੀ ਗੈਂਗ ਤਗੜਾ ਸੀ ਇਹਦਾ ਤੁਸੀਂ ਕਦੇ ਉਹਨੇ ਬੈਠ ਕੇ ਦੱਸਿਆ ਨਹੀਂ ਮੈਸੇਜ ਆਇਆ ਨਹੀਂ ਤੁਸੀਂ ਤਾਂ ਸਮਝਾਇਆ ਹੁਣ ਬਹੁਤ ਬਹੁਤ ਉਹ ਮੈਨੂੰ ਫਿਰ ਉਹ ਕਹਿੰਦਾ ਵੀ ਹੁਣ ਡੈਡੀ ਅਸੀਂ ਇਸ ਪਿੱਛੇ ਮੁੜਨ ਵਾਲੀ ਗੱਲ ਨਹੀਂ ਹੁਣ ਗਾਂ ਹੁਣ ਤਾਂ ਗੋਲੀ ਹੈ

ਲੀਡਰ ਸੀਗਾ ਵੱਡਾ ਜੀ ਉਹਨੇ ਸ਼ੇਰੇ ਤੱਕ ਪਹੁੰਚ ਕੀਤੀ ਵੀ ਤੁਸੀਂ ਰੋਕੀ ਨੂੰ ਮਾਰ ਦਿਓ ਤਾਂ ਉਹ ਇਹ ਨੇਉ ਨੂੰ ਜਾ ਕੇ ਆਪਦੇ ਲੋ ਤਾਂ ਵੀ ਭਾਈ ਤੂੰ ਲੈਟਰ ਹੈ ਵੀ ਮੇਰੇ ਕੋਲੇ ਤੇਰੀ ਆਈ ਇਨਫੋਰਮੇਸ਼ਨ ਹਾਂਜੀ ਇਨਫੋਰਮੇਸ਼ਨ ਕੀ ਉਹਨਾਂ ਦੇ ਵੀ ਯੂਨ ਉਤਸਾਦਿਆ ਮੈਂ ਤਾਂ ਨਹੀਂ ਆਉਂਦਾ ਵੀ ਮਾਰਨ ਆਸਤੇ ਕਿ ਉਹ ਕਰੋੜ सुपारी ਤੇ ਵੀ ਮੈਨੂੰ ਕਰੋੜ ਰੁਪਇਆ ਦਿੰਦਾ ਸੀ ਤੇ ਉਹ ਇਹ ਰੋਕੀਆ ਤਾਂ ਫਿਰ ਤੂੰ ਕੀ ਕਹਿਆ ਮੈਂ ਆਖਿਆ ਯਾਰ ਕਰੋੜ ਨਾਲ ਤਾਂ ਨਹੀਂ 1 ਕਰੋੜ ਤੇ 1 ਲੱਖ ਦੇ ਦੇ ਫਿਰ ਮਾਰਾਂਗਾ ਇਹਨੇ ਤਾਂ ਹਾਸੇ ਨਾਲ ਉਹਨੂੰ ਕਹਿ ਦਿੱਤਾ ਜੀ ਮਜ਼ਾਕ ਚ ਮਜ਼ਾਕ ਚ ਉਹ ਸੀਰੀਅਸਲੀ ਲੈ ਗਿਆ ਵੀ ਇਹ ਮੈਨੂੰ ਵਾਕੇ ਮਾਰ ਦੇਵੇਗਾ ਇਸ ਗੱਲ ਤੋਂ ਇਹਨਾਂ ਦੀ ਖੜਕੀ ਜੀ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਜਦ ਤੱਕ ਉਹ ਜੁਰਮ ਦੀ ਨਿਯਮ ਵਿੱਚ ਚਲਾ ਗਿਆ ਜਦ ਤੱਕ ਗੋੜਾ ਹੋ ਗਿਆ ਉਸ ਵੇਲੇ ਤੁਸੀਂ ਦੇਖਣ ਕੀਤਾ ਸੀ ਹਾਂਜੀ ਲੇਕਿਨ ਫਿਰ ਵੀ ਤੁਹਾਨੂੰ ਤਾਂ ਪਰੇਸ਼ਾਨ ਕਰ ਦਿੰਦੇ ਪੁਲਿਸ ਤਾਂ ਜੀ ਫਿਰ ਆਉਂਦੀ ਸੀ ਪਰ ਮੈਨੂੰ ਨਾ ਜੀ ਮੈਂ ਇੱਕ ਗੱਲ ਕਹਾਂਗਾ ਵੀ ਮੈਨੂੰ ਜਦੋਂ ਇਹ ਕੋਈ ਵਾਰਦਾਤ ਕਰਦਾ ਸੀ ਤੇ ਪੁਲਿਸ ਘਰੇ ਆਉਂਦੀ ਸੀ ਮੈਂ ਆਪ ਦੇ ਵਹੀਕਲ ਤੇ ਜਾਂਦਾ ਸੀ ਮੈਨੂੰ ਕਦੀ ਇਹ ਨਹੀਂ ਵੀ ਮੁਲਜ਼ਮ ਦੇ ਤੌਰ ਤੇ ਫੜ ਕੇ ਲਗਾਏ ਹੋਣ ਜਾਂ ਮੈਂ ਉੱਥੇ ਕਹਿ ਦਿੰਦਾ ਸੀ ਮੈਂ ਆਪ ਸਰਵਿਸ ਕਰਦਾ ਸੀ ਵੀ ਮੈਂ ਆ ਜਾਗਾ ਜੀ ਮੈਂ ਜਾਂਦਾ ਸੀ ਮੈਨੂੰ ਬਾਹ ਵੀ ਲੈਂਦੇ ਸੀ ਥਾਣੇ 'ਚ ਵੀ ਆਇਆ ਮੈਨੂੰ ਇਹ ਨਹੀਂ ਬਾਇਆ ਨਹੀਂਗਾ ਪਰ ਮੈਨੂੰ ਨਾ ਤਾਂ ਕਿਸੇ ਪੁਲਿਸ ਅਫਸਰ ਨੇ ਮਾੜਾ ਬੁਲਿਆ ਜੀ ਡਿਸਰੈਸਪੈਕਟ ਨਹੀਂ ਕੀਤਾ ਹਾਂ ਜੀ ਮੇਰੀ ਮੈਨੂੰ ਰਿਸਪੈਕਟ ਨਾਲ ਹੀ ਮੈਂ ਦੇਖੋ ਇਹ ਪੁਲਿਸ ਨੂੰ ਸਾਰਾ ਪਤਾ ਸੀਗਾ ਵੀ ਜੇ ਮੈਂ ਉਹਨੂੰ ਸ਼ਹਿ ਦੇਂਦਾ ਜਾਂ ਮੈਂ ਕੋਈ ਉਹਦਾ ਉਹਦੀ ਕਮਾਈ ਖਾਂਦਾ ਤੇ ਪੁਲਿਸ ਨੂੰ ਪਤਾ ਨਹੀਂ ਚੱਲਣਾ ਸੀ ਪੁਲਿਸ ਨੂੰ ਸਭ ਪਤਾ ਸੀ ਇਸ ਵਾਸਤੇ ਪੁਲਿਸ ਨੇ ਮੈਨੂੰ ਤੰਗ ਨਹੀਂ ਕੀਤਾ ਹਾਂ ਜਦੋਂ ਉਹਦੇ ਮਰਨ ਤੋਂ ਬਾਅਦ ਇੱਕ ਦੋ ਆਏ ਮੁਹੱਲੇ ਤੋਂ ਅਫਸਰ ਉਹ ਮੜਾ ਜੰਗਾ ਇੱਥੇ ਬੋਲੇ ਤੇ ਗੋ ਮੇਰੀ ਮਾਤਾ ਨਹੀਂ ਫਿਰ ਉਹਨਾਂ ਨਾਲ ਜਿਵੇਂ ਉਹ ਬੋਲੇ ਫਿਰ ਅਸੀਂ ਵੀ ਉਹ ਸ਼ਬਦ ਬੋਲੇ ਉਹਨਾਂ ਨੂੰ ਅੱਛਾ ਹਾਂਜੀ ਅਦਾਸੀ ਸਮਝਾਉਣ ਦੀ ਤਾਂ ਕੋਸ਼ਿਸ਼ ਬਹੁਤ ਕੀਤੀ ਮੈਂ ਤਾਂ ਜੀ ਇਸ ਤੋਂ ਤੱਕ ਜੀ ਮਲੋਟ ਡੀਐਸਪੀ ਸੀ ਮੁੰਡਾ ਉਹ ਸਪੋਰਟਸ ਵਾਲਾ ਸੀਗਾ ਇਹਨੂੰ ਛੇਰੇ ਨੂੰ ਚੰਗੀ ਤਰ੍ਹਾਂ ਗਰਾਊਂਡ ਦਾ دوست ਵੀ ਸੀ ਜੀ ਮੈਨੂੰ ਉਹਦਾ ਨਾਮ ਭੁੱਲ ਗਿਆ ਜੀ ਉਹਨੇ ਮੈਨੂੰ ਬੁਲਾਇਆ ਮੈਨੂੰ ਆਦਾ ਵੀ ਅੰਕਲ ਜੀ ਤੁਸੀਂ ਇਹਦੇ ਤੇ ਕੰਟਰੋਲ ਕਰੋ ਵੀ ਇਹ ਇਹ ਨੇ ਗੋਲੀ ਦਾ ਸ਼ਿਕਾਰ ਹੋ ਜਾਣਾ ਹੈ ਮੈਂ ਕਿਹਾ ਜੀ ਬਿਲਕੁਲ ਮੈਨੂੰ ਪਤਾ ਹੀ ਗੋਲੀ ਤਾਂ ਵੱਜੇਗੀ ਮੈਂ ਉਹਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਜੀ ਤੁਸੀਂ ਐ ਕਰੋ ਜਨਾਬ ਵੀ ਮੇਰਾ ਕਰੋ ਮੂੰਹ ਕਾਲਾ ਤੇ ਗੱਲ ਚ ਪਾਓ ਮੇਰੇ ਸੰਗਲ ਤੇ ਇੱਕ ਫੱਟੀ ਪਾਓ ਉਹਦੇ ਤੇ ਲਿਖੋ ਵੀ ਜਿੰਨਾਂ ਦੀ ਇਲਾਜ ਮਾੜੀ ਹੁੰਦੀ ਹੈ ਨਾ ਜੇ ਨਹੀਂ ਲਾਜ਼ ਮਾੜੀ ਹੁੰਦੀ ਉਹਨਾਂ ਦੇ ਮਾਪਿਆਂ ਦਾ ਆ ਹਾਲ ਹੁੰਦਾ ਮੈਂ ਕਿ ਮਲੋੜ ਮੈਨੂੰ ਅੱਡੇ ਤੇ ਬੰਨ ਦਿਓ ਮੈਨੂੰ ਆ ਦਾ ਵੀ ਇੱਕ ਨੂੰ ਨਿਯਾਜ ਦੇਂਦਾ ਗਈ ਮੈਂ ਕਿ ਜੀ ਮੈਂ ਤੁਸੀ ਹਾਂ ਕਰੋ ਮੈਂ ਜਾਣਾ ਕੋਰਟ ਦੇ ਵਿੱਚ ਮੈਂ ਐਫੀਡੇਵਿਟ ਬਣਾ ਕੇ ਲਿਆਉਣਾ ਆਪ ਮੈਂ ਕਿ ਜੀ ਵੀ ਮੇਰਾ ਤਾਂ ਵਿਗੜ ਗਿਆ ਏ ਵੀ ਮੇਰੀ ਕੋਈ ਫੱਟੀ ਪਾੜ ਕੇ ਕੋਈ ਇੱਕ ਹੀ ਕੋਈ ਕਿਸੇ ਦਾ ਕੋਈ ਤੀ ਪੁੱਤਰ ਜੀ ਸੁਦਰ ਜੀ ਤੇ ਮੈਂ ਸਮਝ ਗਿਆ ਚਲ ਮੈਂ ਆਵਦਾ ਨਹੀਂ ਬਚਾ ਸਕਿਆ ਜੀ ਮੈਂ ਇੱਕ ਚਲੋ ਕਿਸੇ ਦਾ ਹੀ ਹੋ ਜਾਏ ਮੈਂ ਬਹੁਤ ਕੋਸ਼ਿਸ਼ ਕੀਤੀ ਬਾਕੀ ਪੁਲਿਸ ਸਾਨੂੰ ਕਹਿੰਦੀ ਸੀ ਅੱਜ ਉੱਥੇ ਆ ਇੱਥੇ ਆ ਮੈਂ ਆਦਾ ਹੀ ਚਲੋ ਸਾਨੂੰ ਲੈ ਕੇ ਚਲੋ ਅਸੀਂ ਤਾਂ ਮਾਂ ਅਸੀਂ ਉਹਦੇ ਮਾਪਿਓ ਆ ਉਹਦੀ ਮਾਂ ਨਾਲ ਲੈਣਾ ਮੈਂ ਪੈਣਾ ਲੈ ਲੈਣਾ ਨਾਲ ਜੇ ਗੋਲੀ ਮਾਰੇਗਾ ਪਹਿਲਾਂ ਸਾਡੇ ਵੱਜੇਗੀ ਪਰ ਇਸ ਪਾਸੇ ਪੁਲਿਸ ਫੜਨ ਵਾਲੇ ਪਾਸੇ ਨਹੀਂ ਸੀ ਉਤਰਦੀਗੀ ਇਹ ਕਹਿ ਦਿੰਦੀ ਸੀ ਉੱਥੇ ਬੈਠਾ ਜੀ ਇੱਥੇ ਬੈਠਾ ਹੈ ਫਲਾਣੀ ਥਾਂ ਤੇ ਟੰਕਾ ਨਹੀਂ ਥਾਂ ਤੇ ਫੋਨ ਕਰਦਾ ਸੀਗਾ ਬਾਹਰ ਸਾਨੂੰ ਫੋਨ ਨਹੀਂ ਸੀ ਕਰਦਾ ਜੀ ਸਾਨੂੰ ਜਦੋਂ ਉਹਨੇ ਮਿਲਣਾ ਹੁੰਦਾ ਸੀ ਨਾ ਸਾਨੂੰ ਮੁੰਡੇ ਆਉਂਦੇ ਸੀ ਲੈਣ ਜੀ ਇਥੋਂ ਮੁੰਡੇ ਆ ਜਾਂਦੇ ਸੀ ਲੈਣ ਵੀ ਉਹ ਪੁਰਾਣੀ ਥਾਂ ਤੇ ਕਦੀ ਇਹ ਸਾਨੂੰ ਹਰਿਆਣੇ ਚ ਮਿਲਦਾ ਸੀ ਕਦੀ ਰਾਜਸਥਾਨ ਚ ਮਿਲਦਾ ਸੀ ਫੋਨ ਨਹੀਂ ਸੀ ਕਰਦਾ ਦੋ ਪੈਣਾ ਆ ਉਹਦੀਆਂ ਪੈਣਾ ਕੋਲੇ ਗਿਆ ਨਹੀਂ ਇੱਕ ਵਾਰੀ ਵੀ ਜੰਪੜ ਆਇਆ ਨੋ ਰਕੀਤਵਾ ਜੇਲ੍ਹ ਚ ਬੰਨੀ ਸੀ ਉਹਨਾਂ ਨੇ ਇੱਕ ਹੀ ਉਹਨੇ ਲੈਸਾ ਲੋਗੇ ਜੀ ਤੁਸੀਂ ਵੀ ਗਵਰਨਮੈਂਟ ਜੌਬ ਦੇ ਵਿੱਚ ਰਹੇ ਹੋ ਨਾ ਰਿਟਾਇਰ ਹੋ ਗਏ ਹੋ ਤੇ ਜਦ ਚਿਹਰੇ ਦਾ ਨਾਮ ਆਦਾ ਸੀਗਾ ਟੀਵੀ ਤੇ ਪਿੰਡ ਵਾਲੇ ਲੋਕਾਂ ਦਾ ਛੋਡੇ ਮਹਿਕਮੇ ਦੇ ਲੋਕਾਂ ਦਾ ਕੀ ਸੁਭਾਵ ਰਹਿੰਦਾ ਸੀਗਾ ਕਿਸ ਤਰੀਕੇ ਦੇ ਨਾਲ ਬਰਤਾਨ ਕਰਦੇ ਸੀ ਦੇਖੋ ਜਿਨ੍ਹਾਂ ਨੂੰ ਤਾਂ ਪਤਾ ਸੀ ਸਚਾਈ ਦਾ ਮੇਰੇ ਪ੍ਰਤੀ ਵੀ ਇਹਦਾ ਕੀ ਰੋਲ ਹੈਗਾ ਵਿੱਚ ਤਾਂ ਉਹ ਤਾਂ ਮੇਰੇ ਨਾਲ ਅਮਦਰਦੀ ਕਰਦੇ ਸੀਗੇ ਤੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਜੀ ਉਹ ਕਈ ਮਖੌਲ ਵੀ ਕਰਦੇ ਅਗਲੇ ਤਾੜੀਆਂ ਸਮਾਜ ਦੇ ਵਿੱਚ ਸਾਰੇ ਬੰਦੇ ਹੁੰਦੇ ਆ ਜੀ ਮਤਲਬ ਇੰਨੀ ਜ਼ਰੂਰ ਹੈ ਵੀ ਕਿਸੇ ਦੀ ਇਹ ਹਿੰਮਤ ਨਹੀਂ ਪਈ ਅੱਜ ਤੱਕ ਵੀ ਮੇਰੇ ਮੂੰਹ ਤੇ ਆ ਕੇ ਕਿਸੇ ਨੇ ਕੋਈ ਗੱਲ ਕਹੀ ਹੋਈ ਨਹੀਂ ਆ ਇਹ ਦੇ ਮਰਨ ਤੋਂ ਬਾਅਦ ਜੈਪਾਲ ਰੀ ਜਰੂਰ ਆਉਂਦੇ ਮੈਨੂੰ ਆਉਂਦੇ ਸੀ ਵੀ ਅਸੀਂ ਬਦਲਾ ਲਾ ਗਿਓ ਇਹਨਾਂ ਨੇ ਫਿਰ ਇੱਕ ਮੁੰਡਾ ਕੋਈ ਕਰਮਿੱਤੀ ਸੇਖੋਂ ਸੀ ਉਹ ਵੀ ਮਾਰਿਆ ਇਹਨਾਂ ਨੇ ਜੀ ਬਦਲਾ ਲਿਆ ਜੈਪਾਲਾ ਰਾਣਾ ਜੀ ਛੇਰੇ ਦੀ ਮੌਤ ਦਾ ਬਦਲਾ ਲਿਆ ਜੀ ਉਹ ਤੇ ਦੱਸੋ ਜੀ ਕਿ ਜੈਪਾਲ ਦੇ ਫਾਦਰ ਕੀ ਜੈਪਾਲ ਤੇ ਛੇਰੇ ਬਹੁਤ ਅچھے ਦੋਸਤ ਬਹੁਤ ਬਹੁਤ ਦੋਸਤ ਨਹੀਂ ਹੋਏ ਨੂੰ ਜੈਪਾਲੇ ਨੂੰ ਭਰਾ ਛੋਟਾ ਭਰਾ ਸਮਝਦਾ ਸੀ ਬਚਪਨ ਤੋਂ ਨਾਲ ਬਚਪਨ ਹਾਂ ਜੀ ਬਹੁਤ ਜੈਪਾਲੇ ਦਾ ਬਹੁਤ ਕਰਦਾ ਸੀ ਜੈਪਾਲ ਦਾ ਫੋਨ ਆਂਦਾ ਰਿਹਾ ਐਂਡ ਐਂਡ ਤੱਕ ਜਾਂ ਕਦੇ ਕੋਈ ਸਨੇਹਾ ਨਹੀਂ ਜਦੋਂ ਜੈਪਾਲ ਪਗੋੜਾ ਹੋ ਗਿਆ ਜੀ ਨਹੀਂ ਫਿਰ ਫਿਰ ਅਗਲੇ ਨੂੰ ਪਤਾ ਹੁੰਦਾ ਜੀ ਵੀ ਜੇ ਅਸੀਂ ਫੋਨ ਕਰਾਂਗੇ ਪੁਲਿਸ ਸਾ ਇਹਨਾਂ ਨੂੰ ਤੰਗ ਕਰੇਗੀ ਨਹੀਂ ਆਇਆ ਫੋਨ ਕਿ ਤੇ ਤੁਹਾਨੂੰ ਉੰਜ ਗਾਇਬ ਗਏ ਕਿਤੇ ਨਾ ਕਿਤੇ ਆਸੇ-ਪਾਸੇ ਆਏਗੇ ਮੇਲ-ਮੁਲਤਾ ਲੈਂਦੇ ਸੀ ਜੀ ਪਿਆਪਾ ਕੀ ਮਿਲ ਮਿਲੇ ਨਹੀਂਗੇ ਜਿਵੇਂ ਆ ਵੀ ਕੀ ਗੌਂਡ ਰਹੇ ਇਹ ਵੀ ਫੋਨ ਫੜਨੇ ਇਧਰ ਏਰੀਆ 'ਚ ਫਿਰਦੇ ਜੇ ਬੰਦਾ ਪੇਜ ਦਿੱਤਾ ਵੀ ਉੱਥੇ ਲੈ ਆਓ ਬਾਪੂ ਨੂੰ ਅੱਛਾ ਵਿੱਕੀ ਤੇ ਸ਼ੈਰਾ ਦੀ ਹਾਂਜੀ ਹਾਂਜੀ ਆ ਜੀ ਜਿਹੜਾ ਕੀ ਹੈ ਹੁਣ ਮੁੰਡਾ ਲਾਰੈਂਸ ਹਾਂਜੀ ਮੈਂ ਤਾਂ ਜੀ ਜਦੋਂ ਇਹ ਨਾ ਸ਼ਹਿਰੇ ਦੀ ਤਰੀਕ ਤੇ ਇਹਨੇ ਪੰਚਕੂਲੇ ਆਉਣਾ ਜਾਂ ਅੰਬਾਲੇ ਜਾਂ ਮੁਹਾਲੀ ਜਾਂ ਚੰਡੀਗੜ ਇਹ ਰੇਖ ਤਰੀਕ ਤੇ ਜਾਂਦਾ ਹੁੰਦਾ ਸੀ ਇਹਦੀ ਤੇ ਬਿਸ਼ਨੋਈ ਬਿਸ਼ਨੋਈ ਇਹਨੇ ਉਹਨਾਂ ਦੇ ਸੇ ਖਾਣ ਪੀਣ ਲਈ ਵਿਲਿਆਣਾ ਉਹਨਾਂ ਦੇ ਕੱਪੜੇ ਕੂਪਰੇ ਲ ਜਾਣੇ ਦੋ ਤਰੀਕਾਂ ਤਾਂ ਨਹੀਂ ਤੀਜੀ ਤਰੀਕ ਤੇ ਮੈਂ ਇਹਨੂੰ ਪੁੱਛਿਆ ਮੈਂ ਕਿ ਤੂੰ ਆਪਦੇ ਸ਼ਹਿਰੇ ਨੂੰ ਪੁੱਛਿਆ ਮੈਂ ਕਿ ਇਹ ਜਿਹੜਾ ਮੁੰਡਾ ਹੈ ਇਹ ਕਿੱਧਰ ਦਾ ਹੈਗਾ ਮੈਨੂੰ ਉਹ ਟਾਲ ਗਿਆ ਮੇਰੇ ਮੁੰਡੇ ਨੇ ਮੈਨੂੰ ਦੱਸਿਆ ਨਹੀਂ ਸਹੀ ਇਹ ਮੇਰੇ ਏਰੀਏ ਦਾ ਸੀ ਮੈਨੂੰ ਭਾਸ਼ਾ ਲੱਗਦੀ ਸੀ ਵੀ ਸਾਡੇ ਏਰੀਏ ਦੀ ਭਾਸ਼ਾ ਜੀ ਮੈਂ ਬੋਲਦਾ ਸੀ ਹਾਂਜੀ ਪੰਜਾਬੀ ਬੋਲਦਾ ਸੀ ਲਾਰੈਂਸ ਪਰ ਜਿਹੜੇ ਬਿਸ਼ਨੋਈ ਹੈ ਜੀ ਬਿਸ਼ਨੋਈ ਪੰਜਾਬੀ ਬੋਲਦੇ ਹੋਣ ਤਾਂ ਫਿਰ ਵੀ ਵਿੱਚੋਂ ਪਤਾ ਲੱਗ ਜਾਂਦਾ ਵੀ ਹਾਂਜੀ ਕਿਉਂਕਿ ਅਸੀਂ ਸਾਡਾ ਸਾਰਾ ਏਰੀਆ ਬਿਸ਼ਨੋਈਆਂ ਦਾ ਜੀ ਹਾਂਜੀ ਮੈਨੂੰ ਸ਼ੱਕ ਪਿਆ ਮੈਂ ਇਹ ਮੇਰੇ ਏਰੀਏ ਦਾ ਤੇ ਮੈਂ ਇਹਨੂੰ ਪੁੱਛਿਆ ਵੀ ਤੇਰਾ ਕਿਹੜਾ ਪਿੰਡ ਹੈ ਤੇ ਆਹਦਾ ਹੀ ਮੇਰਾ ਦਾ ਅੰਕਲ ਜੀ ਦਤਾਰਿਆਂ ਵਾਲੀ ਪਿੰਡ ਹੈ ਮੈਂ ਬੇਟਾ ਚੰਨ ਵੋਦਣਾ ਸੀ ਸੀ ਅੰਬਾਲੇ ਅੰਬਾਲੇ ਤੋਂ ਮੈਂ ਸਿੱਧਾ ਇਹਨਾਂ ਦੇ ਘਰੇ ਗਿਆ ਇਹਦੀ ਮਾਂ ਪਿਓ ਤਾਂ ਇਹਦਾ ਸੀ ਉਹ ਨਸ਼ਾ-ਨੁਸ਼ਾ ਜ਼ਿਆਦਾ ਕਰਦਾ ਸੀ ਉਹਨੇ ਤਾਂ ਨਹੀਂ ਗੱਲ ਕੀਤੀ ਮੇਰੇ ਨਾਲ ਇਹਦੀ ਮਾਤਾ ਨੂੰ ਮੈਂ ਕਿਹਾ ਮੈਂ ਕਿਹਾ ਪਹਿਣਾ ਵੀ ਮੇਰਾ ਮੁੰਡਾ ਤਾਂ ਵਿਗੜ ਗਿਆ ਤੇ ਤੁਹਾਡਾ ਵੀ ਜਿਹੜਾ ਉਹਨੂੰ ਮੈਂ ਕਿਹਾ ਜੀ ਪਿਛਤੇ ਘੜ ਘੜ ਕੇ ਖਾਉਂਦਾ ਹੈ ਨਾ ਜੀ ਮੈਂ ਕਿਹਾ ਤੁਹਾਡਾ ਮੁੰਡਾ ਵੀ ਸਹੀ ਨਹੀਂ ਹੈਗਾਗਾ ਤੇ ਤੁਸੀਂ ਕੰਟਰੋਲ ਕਰ ਲਓ ਜਿਹੜੇ ਬਾਦਾਂ ਪੰਡ ਪੰਕੋਂਦਾ ਮੈਂ ਮੁੰਡਾ ਸਹੀ ਨਹੀਂ ਹਰੇਕ ਤਰੀਕ ਤੇ ਆਉਂਦਾ ਹੈ ਉਹ ਵਿਚਾਰੀ ਰੋਪੀ ਜੀ ਲਾਰੈਂਸ ਦੀ ਮਾਂ ਦੀ ਵੀਰ ਚ ਮੈਂ ਕੀ ਕਰਾਂ ਆਖੇ ਨਹੀਂ ਲੱਗਦਾ ਕਿ ਬੜੇ ਵਧੀਆ ਪਰਿਵਾਰ ਦਾ ਜੀ ਚੰਗੇ ਕਰਦਾ ਬੱਚਾ ਹੈ ਇਹਦਾ ਮਾਮਾ ਉਹਦਾ ਐਡੀਸ਼ਨਲ ਸੈਸ਼ਨ ਜੱਜ ਸੀਗਾ ਹਾਂਜੀ ਅੰਬਾਲੇ ਤੇ ਚੰਗੇ ਪਰਿਵਾਰ ਦਾ ਹੈ ਮੈਂ ਦੋ ਵਾਰ ਹੀ ਗਿਆ ਜੀ ਇਹਨਾਂ ਦੇ ਘਰੇ ਸਮਝਾਉਣ ਵਾਸਤੇ ਮੈਂ ਇਹਦੀਆਂ ਵੀ ਮਨਤਾ ਕਰਦਾ ਰਿਹਾ ਲਾਰੈਂਸ ਦੀਆਂ ਵੀ ਮੇ ਪੁੱਤਰ ਇਸ ਪਾਸੇ ਕੋਈ ਫਾਇਦਾ ਨਹੀਂ ਗਾ ਕੋਈ ਫਾਇਦਾ ਨਹੀਂ ਬਾਜ ਜਾ ਬਾਜ ਜਾ ਉਸ ਲਈ ਤਾਂ ਲੋਰੈਂਸ ਬਹੁਤ ਛੋਟਾ ਮੈਂ ਹਾਂਜੀ ਹਾਂਜੀ ਜਮ ਛੋਟਾ ਸੀ ਜੀ ਇਹ ਤਾਂ ਜਮ ਜਵਾਗ ਜਾਏਗਾ ਸੀ ਉਦੋਂ ਬਾਈ ਬਾਈ ਕਰਦਾ ਹੁੰਦਾ ਸੀ ਇਥੇ ਆਇਆ ਏ ਕਰੀ ਘਰੇ ਵੀ ਆਇਆ ਮੇਰੇ ਕੋਲੇ ਹੂੰ ਉਹ ਜਿਸ ਤਰੀਕੇ ਦੇ ਨਾਲ ਅ ਜੈਪਾਲ ਕੁਲਰ ਹੋ ਗਏ ਜਾਂ ਫਿਰ ਜਦਸੀ ਸ਼ੇਰੇ ਦੀ ਗੱਲ ਕਰੀਏ ਇਹਨਾਂ ਦੀ ਦੋਸਤੀ ਦੀ ਤੁਹਾਨੂੰ ਕੋਈ ਗੱਲ ਯਾਦ ਹੈ ਤੇ ਤੁਹਾਡੇ ਕੋਲ ਕਿ ਤੁਸੀਂ ਕਿਰਾਏ ਤੇ ਵੀ ਰਹੇ ਹੋ ਜਿਵੇਂ ਕਿ ਦੱਸ ਰਹੀ ਸੀ ਕਿ ਮੈਨੂੰ ਉੱਥੇ ਹਾਂਜੀ ਹਾਂਜੀ ਕਿਰਾਏ ਤੇ ਰਹੇ ਸੀ ਤੁਸੀਂ ਉਹ ਕਹਿੰਦੇ ਸੀ ਸਵੇਰੇ ਵਾਕ ਕਰਨ ਇਕੱਠੇ ਜਾਂਦੇ ਸੀਗੇ ਇਕੱਠੇ ਜਿਮ ਜਾਂਦੇ ਸੀ ਜੀ ਇਕੱਠੇ ਰਹਿੰਦੇ ਸੀਗੇ ਗਰਾਊਂਡ ਦੇ ਵਿੱਚ ਵੀ ਤੇ ਸਗੋਂ ਮੈਂ ਇਹ ਜੇ ਇਹ ਸਿੱਧਾ ਸੀ ਡਿਸਕਸ ਥਰੋ ਜੀ ਜੈਵਲਨ ਥਰੋ ਲਾਉਂਦਾ ਹਾਂ ਤੇ ਮੈਂ ਇਹ ਐਮਰਥਰੋ ਤੇ ਮੈਂ ਤਾਂ ਆਪ ਇਹਨੂੰ ਕਹਿੰਦਾ ਹੁੰਦਾ ਸੀ ਜੈਪਾਲ ਨੂੰ ਮੈਂ ਪੋਤੇ ਦਾ ਖਿਆਲ ਰੱਖ ਬਈ ਇਹਨੂੰ ਵੀ ਸਹੀ ਮੈਂ ਕਿ ਮੈਂ ਤਾਂ ਉਹਨੂੰ ਕਹਿੰਦਾ ਸੀ ਵੀ ਇਹ ਕਿਤੇ ਗਲਤ ਪਾਸੇ ਨਾ ਤੁਰੇ ਮੈਂ ਜੈਪਾਲ ਨੂੰ ਤਾਂ ਕਹਿੰਦਾ ਵੀ ਤੂੰ ਸਿਆਣਾ ਹੈ ਤੂੰ ਵੱਡਾ ਹੈ ਇਹਦਾ ਖਿਆਲ ਰੱਖੀ ਆਉਂਦਾ ਜਾਂਦਾ ਸੀ ਮੇਰੇ ਕੋਲੇ ਵੀ ਆਏ ਨੇ ਇੱਥੇ ਘਰੇ ਵੀ ਆਉਂਦਾ ਸੀ ਜੈਪਾਲ ਜੀ ਹਾਂਜੀ ਇਹ ਦੋਨੋਂ ਇੱਕੋ ਸੁਭਾਅ ਦੇ ਸੀਗੇ ਹਾਂਜੀ ਸੁਭਾਅ ਇਹਨਾਂ ਦਾ ਬਿਲਕੁਲ ਇੱਕੋ ਸੀ ਚਾਂਦ ਨਾ ਲੜਨਾ ਲੜਨਾ ਨਹੀਂ ਜੈਪਾਲ ਵੀ ਲੜਨ ਨਾਲ ਨਹੀਂ ਸੀ ਕਾਜੀ ਇਹ ਮਤਲਬ ਇੱਕ ਵੀ ਇੱਕ ਵੀ ਗੱਲ ਨਹੀਂ ਯਾਦ ਹੈਗੀ ਜੀ ਬਚਪਨ ਦੀ ਵੀ ਕਿਤੇ ਲੜਿਆ ਹੋਵੇ ਸ਼ੇਰਾਂ ਕਿਸ ਨਾਲ ਸਕੂਲ ਦੇ ਵਿੱਚ ਜਾਂ ਪਿੰਡ ਦੇ ਵਿੱਚ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਜਦ ਐਨਕਾਊਂਟਰ ਕੀਤਾ ਗਿਆ ਸ਼ੇਰ ਇਹ ਮੇਰੀ ਬੇਟੀ ਹੈ ਜੀ ਫਰੋਜਪੁਰ ਜਿਹੜਾ ਮੇਰਾ ਜਵਾਈ ਗੁਜ਼ਰ ਗਿਆ ਹੈ ਉਹਨੂੰ ਪਤਾ ਲੱਗਾ ਸੀ ਮੇਰੇ ਜਵਾਈ ਨੂੰ ਜੀ ਉਹਨੇ ਸਾਨੂੰ ਫੋਨ ਕੀਤਾ ਵੀ ਡੈਡੀ ਆ ਪਾਣਾ ਵਾਪਰ ਗਿਆ ਤੁਸੀਂ ਇੱਥੇ ਸੀ ਅਸੀਂ ਇੱਥੇ ਸੀ ਅਹੀ ਦਾ ਜਦੋਂ ਇਹ ਪਗੋੜਾ ਸੀ ਮਤਲਬ ਉਹ ਤੋਂ ਸਹਿਮ ਕੇ ਦਿਨ ਰਾਤ ਕੱਟਦੇ ਸੀ ਸਹਿਮ ਹੀ ਹੁੰਦਾ ਸੀ ਡਰੀ ਹੁੰਦਾ ਸੀ ਸਾਨੂੰ ਪਤਾ ਨਹੀਂ ਵੀ ਕਦੋਂ ਕੀ ਕਿਹੜੀ ਖਬਰ ਆਉਣੀ ਕਿਹੜੀ ਪੁਲਿਸ ਨੇ ਸਾਨੂੰ ਆਣ ਕੇ ਅਸੀਂ ਕਦੀ ਬੂਹਾ ਨਹੀਂ ਸੀ ਬੰਦ ਕਰਦੇ ਲੋਕ ਨਹੀਂ ਸੀ ਲਾਉਂਦਾ ਮੈਂ ਵੀ ਪੁਲਿਸ ਆਵੇ ਸਿੱਧੀ ਕਰੇ ਆ ਜੇ ਕਿਉਂ ਸਾਡੇ ਕੋਲੇ ਕੋਈ ਸਾਡੇ ਢੇਡ ਚ ਕੋਈ ਚੋਰ ਨਹੀਂ ਸੀ ਕੁਝ ਨਹੀਂ ਸੀ ਆ ਵੀ ਕਿ ਪੁਲਿਸ ਨੂੰ ਇਹ ਨਾ ਬੂਹਾ ਖੜਕਾਉਣਾ ਨਾ ਪੈ ਬੂਹਾ ਅਸੀਂ ਰਾਤ ਨੂੰ ਵੀ ਨਹੀਂ ਸੀ ਲੋਕ ਲਾਉਂਦੇ ਖੁੱਲਾ ਛੱਡਦੇ ਸੀ ਕੋਈ ਮਰਜੀ ਆ ਸਾਡੇ ਕੋਲ ਕੀ ਹੈਗਾ ਸੀ ਸਾਨੂੰ ਕੋਈ ਡਰ ਨਹੀਂ ਸੀ ਕਿਹ ਗੱਲ ਦਾ ਇਹ ਦੁੱਖ ਹੈ ਅੰਕਲ ਦੇ ਕੋ ਮਤਲਬ ਕੁਝ ਕਰ ਨਹੀਂ ਸਕਦੇ ਹੈਨਾ ਕੁਝ ਨਹੀਂ ਕਰ ਸਕਦੇ ਕਰ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਮਤਲਬ ਇਹ ਤੁਸੀਂ ਸਮਝ ਸਕਦੇ ਹੋ ਕਿ ਕੀ ਬੀਤਦੀ ਹੈ ਹੈਨਾ ਅਸੀਂ ਵੀ ਅਸੀਂ ਸਿਰਫ ਕਹਿ ਸਕਦੇ ਹਾਂ ਕੋਈ ਗੱਲ ਨਹੀਂ ਹੈ ਨਾ ਜੀ ਪਰ ਅੰਕਲ ਹਿੰਮਤ ਰੱਖਣੀ ਪੈਂਦੀ ਹੈ ਉਹ ਵੀ ਉੱਤੋਂ ਦੇਖ ਰਿਹਾ ਉਹਨਾਂ ਤੇ ਉਹਨੂੰ ਵੀ ਲੱਗਣਾ ਚਾਹੀਦਾ ਨਹੀਂ ਮੇਰਾ ਬਾਪੂ ਅੱਜ ਮੈਨੂੰ ਕਿਸ ਤਰੀਕੇ ਦੇ ਨਾਲ ਯਾਦ ਕਰ ਰਿਹਾ ਹੈ ਹੈਨਾ ਦੁਨੀਆ ਵਾਸਤੇ ਜੋ ਮੱਝੀ ਹੋਏ ਤੁਹਾਨੂੰ ਤਾਂ ਪਤਾ ਹੀ ਸਾਡਾ ਦਾ ਪੁੱਤ ਸੀ ਕੋਈ ਨਹੀਂ ਕਹਿਣ ਦਾ ਦੁਨੀਆ ਦੇ ਮੁੱਦੇ ਦਾ ਬਤਾਓ ਕਿ ਉਹ ਕੀ ਸੀਗਾ ਕੀ ਚੌੜਾ ਸੀ ਉਹਨਾਂ ਜੀ ਇਸੇ ਗਰਾਊਂਡ ਦੇ ਵਿੱਚ ਮੈਂ ਉਹ ਲੜਕੀ ਦਾ ਵਿਚਾਰੀ ਦਾ ਧੀ ਮੇਰੀ ਮੈਂ ਕੌਣ ਨਾਂ ਲਵਾਂ ਉਹ ਲੜਕੀ ਸਪੋਰਟਸ ਕਰਦੀ ਸੀਗੀ ਇਹਨਾਂ ਮਿਲਮਾ ਜੁਰਮਾਂ ਇਵੈਂਟਸ ਇਹੋ ਦਾ ਵੀ ਉਹ ਲੜਕੀ ਦਾ ਬਾਪ ਜੀ ਮੇਰੇ ਕੋਲ ਆਇਆ ਕਰੇ ਇਥੇ ਆ ਜੀ ਮੈਨੂੰ ਆਦਾ ਵੀ ਐ ਕਰਨੇ ਆਪਾਂ ਨਾ ਇਹਨਾਂ ਦੋਵਾਂ ਨੂੰ ਬੀਐਸਐਫ ਦੇ ਵਿੱਚ ਭਰਤੀ ਕਰਾ ਦਿੰਨੇ ਆ ਇਹ ਇੱਕ ਅੱਧੀ ਗੱਲ ਇਹ ਆਈ ਮਤਲਬ ਉਹ ਥੋੜੇ ਚਿਰ ਬਾਅਦ ਇਹ ਫੜਿਆ ਫੜਿਆ ਜਾਂਦਾ ਜੀ ਬੜਾ ਉਹਦੋਂ ਦੀ ਗੱਲ ਈ ਹੈ। ਬਸ ਸਿਆਲ ਜਿਹਾ ਸੀ ਉਹਨੇ ਨਾ ਗਰਮ ਕੱਪੜੇ ਪਾਏ ਜੀ ਮੈਨੂੰ ਯਾਦ ਆਉਂਦਾ ਜੀ। ਉਹ ਕਹਿੰਦਾ ਵੀ ਆਪਾਂ ਇਹਨਾਂ ਦਾ ਰਿਸ਼ਤਾ ਕਰ ਦਿੰਨੇ ਆ। ਅੱਛਾ। ਤੇ ਦੋਵਾਂ ਨੂੰ ਕਰਾ ਦਿੰਨੇ ਆ ਬੀਐਸਐਫ ਚ। ਪਰਤੀ ਤੇ ਇੱਥੇ ਖੜੀ ਜਾਣਗੇ। ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਪੁੱਤਾ ਫਲਾਣਾ ਬੰਦਾ ਆਇਆ ਹੈ ਆ ਕੁੜੀਏ। ਤੇ ਮੈਨੂੰ ਆਸ ਕੇ ਮੈਨੂੰ ਦਾ ਡੈਡੀ ਕਮਾਲ ਕਰਤੀ ਤੂੰ ਆਂਦਾ ਸਿਪਾਈ ਤੇ ਡਿੱਗਾ ਪਿਆ ਮਾਇਆ ਦਾ ਉਹਦੀ ਇੱਕੇ ਅਸੀ ਆਉ ਨੂੰ ਵੀ ਸਾਡੇ ਕੋਲੇ ਪੈ ਜੀ ਉਹਦੇ ਸਾਰੇ ਸਰਟੀਫਿਕੇਟ ਉਹ ਕਦੀ ਕਿਤਾਬ ਜਨਵਰੀ ਫਰਵਰੀ ਤੋਂ ਪਹਿਲਾਂ ਖਰੀਦਦਾ ਨਹੀਂ ਸੀ ਇੱਕ ਵਾਰੀ ਪੜਦਾ ਸੀ ਜਿਹੜੀ ਚੀਜ਼ ਪੜਨੀ ਹੈ ਇਹਨਾਂ ਸ਼ਰਤਾਂ ਮਾਲ ਸੀ ਪੇਪਰ ਤੋਂ ਪਹਿਲਾਂ ਪੇਪਰ ਤੋਂ ਪਹਿਲਾਂ ਇੱਕ ਵਾਰੀ ਇੱਥੇ ਮੁੰਡੇ ਹੁਣ ਪੁਲਿਸ ਚ ਨੇਓ ਨਾ ਉਹਨਾਂ ਦਾ ਕੀ ਲੈਣਾ ਉਹਨਾਂ ਦੇ ਪੇਪਰ ਇਹਨੇ ਦਿੱਤੇ ਨੇ ਜੀ 10ਵੀਂ ਚ ਪੜਦਾ ਸੀ ਤੇ ਉਹਨਾਂ ਦੇ ਪਲੱਸ 2 ਵਾਲਿਆਂ ਦੇ ਪੇਪਰ ਦੇ ਕੇ ਪਾਸ ਕਰਾਏ ਹੋਏ ਨੇ ਅੱਛਾ ਹਾਂ ਇਹਨਾਂ ਇੰਟੈਲੀਜੈਂਟ ਸੀਗਾ ਮੇਨੂੰ ਤਾਂ ਡੈਡੀ ਕਿਉਂ ਤੋਂ ਇਹ ਗੱਲ ਤੇ ਡਿੱਗੇ ਪਿਆ ਆਂਦਾ ਆਪਾਂ ਬਣਾਇਆ ਕਲਾਸ 1 ਅਫਸਰ ਆਂਦਾ ਤੇਰਾ ਪੁੱਤਰ ਜਦੋਂ 올림픽 ਚ ਆਏਗਾ ਨਾ ਉਦੋਂ ਉਦੋਂ ਨੌਕਰੀ ਲੈਣੀ ਤੇ ਉਦੋਂ ਹੀ ਵਿਆਹ ਕਰਾਉਣਾ ਆਂਦਾ ਉਦੋਂ ਪਹਿਲਾਂ ਇਹ ਗੱਲ ਨਹੀਂ ਕਰਨੀ ਕਿਸੇ ਨਾਲ ਵਿਆਹ ਉਹਦੀਆਂ ਮਤਲਬ ਸਪੋਰਟਸ ਤੇ ਹੀ ਅੱਗੇ ਜਾਣਾ ਹਾਂਜੀ ਸਪੋਰਟਸ ਹਾਂਜੀ ਹਾਂਜੀ ਬਸ ਟੈਟੂ ਦਾ ਸ਼ੌਕ ਸੀਗਾ ਨਹੀਂ ਉਹ ਉਹ ਚੋਨੇ ਲਖਾਇਆ ਸੀ ਇਕ ਕੰਕਾਰ ਵਾਸ ਹਾਂਜੀ ਇਹ ਕਿਥੋਂ ਮੇਲੇ ਤੋਂ ਹੀ ਆ ਵੈਸੇ ਸਟੈਟ ਟੂ ਟੈਸਟ ਕੋ ਲਗਾ ਕੇ ਲਾਇਆ ਇਹ ਨਹੀਂ ਫਾਈਲ ਕਲ ਖਾਇਆ ਜੀ ਮੈਨੂੰ ਤੱਕ ਪਤਾ ਨਹੀਂ ਇਕ ਕੰਕਾਰ ਲਖਾਇਆ ਹੈ ਜੀ ਫਾਈਲ ਹਾਂਜੀ ਠੀਕ ਹੈ ਅੱਛਾ ਕਾਲਜ এডਿਕੇਸ਼ਨ ਦੀ ਗੱਲ ਕਰੀਏ ਕਾਲਜ ਵੀ ਗਏ ਸੀ ਇਹ ਕਾਲਜ ਐਡਮਿਸ਼ਨ ਹੀ ਹੋਈ ਹੈ ਜੀ ਗਿਆ ਤਾਂ ਕੀ ਹੈ ਜੀ ਅੱਛਾ ਜਿਹੜਾ ਚੰਡੀਗੜ੍ਹ ਹਾਂਜੀ ਹਾਂਜੀ ਉਸ ਤੋਂ ਬਾਅਦ ਉਹਨ ਜਿਸ ਤਰੀਕੇ ਦੇ ਨਾਲ ਅਸੀਂ ਅੱਜ ਵੀ ਦੇਖਦੇ ਹਾਂ ਪੰਜਾਬ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਜਿਵੇਂ ਬਹੁਤ ਸਾਰ ਬਾਰ ਕਹਿੰਦੀ ਹੈ ਕਿ ਗੈਂਗ ਵਨ ਹੈ ਗੈਂਗਲੈਂਡ ਬਣਦਾ ਜਾ ਰਿਹਾ ਹੈ ਉਹੀ ਬੱਚੇ ਜਿਹੜੇ ਸੋਸ਼ਲ ਮੀਡੀਆ ਉੱਤੇ ਲੋਕੀ ਉਹਨਾਂ ਨੂੰ ਫੋਲੋ ਕਰਦੇ ਹੈ ਲੋਕੀ ਉਹਨਾਂ ਦੇ ਨਾਲ ਜਿਹੜਾ ਹੈ ਮਿਲਣ ਦੇ ਲਈ ਉਹਨਾਂ ਨੂੰ ਨੰਬਰ ਵੀ ਆਪਣੇ ਦਿੰਦੇ ਹੈ ਇਹ ਸਾਰੀ ਚੀਜ਼ਾਂ ਕਿਸ ਤਰੀਕੇ ਦੇ ਨਾਲ ਦੇਖਦੇ ਕਿ ਪੰਜਾਬ ਦਾ ਮਾਹੌਲ ਕਿਸ ਪਾਸੇ ਜਾ ਰਿਹਾ ਹੈ ਨਹੀਂ ਬੱਚਿਆਂ ਨੂੰ ਸੰਭਲਣਾ ਚਾਹੀਦਾ ਹੈ ਇਹ ਕੋ ਚੰਗਾ ਪਾਸਾ ਨਹੀਂ ਬਹੁਤ ਬੋੜਾ ਹੈ ਮੇਰੇ ਸਾਡੇ ਵਾਲ ਵਿਖਿਆ ਕੀ ਅਸੀਂ ਕੀ ਖਟਿਆ ਮੈਂ ਤਾਂ ਬੱਚਿਆਂ ਨੂੰ ਇਹ ਅਪੀਲ ਕਰਨਾ ਵੀ ਇਹ ਪਾਸੇ ਕੋਈ ਫਾਇਦਾ ਨਹੀਂ ਕਿ ਜਾਣਦਾ ਜੀ ਕੋਈ ਫਾਇਦਾ ਨਹੀਂ ਆ ਇਹ ਉਹ ਰਸਤਾ ਹੈ ਇਹ ਵਨਵੇ ਹੈ ਜੀ ਜਾ ਸਕਦਾ ਹੈ ਵਾਪਸ ਨਹੀਂ ਆ ਸਕਦਾ ਵਾਪਸ ਤਾਂ ਫਿਰ ਕਿਸੇ ਦੇ ਮੋੜਿਆਂ ਤੇ ਆਉਂਦਾ ਜੀ ਹਾਲਾਤ ਮਾੜੇ ਪੰਜਾਬ ਦੇ ਵਾਕਏ ਇਹਦੇ ਕੋਈ ਸ਼ੱਕ ਨਹੀਂ ਹੈ ਪਰ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਜੀ ਆਪਦੇ ਮਾਪਿਓ ਦਾ ਜਿਹੜੇ ਸੁਪਨੇ اچھا ਉਹਨਾਂ ਦੀ ਡੈਥ ਤੋਂ ਬਾਅਦ ਕੋਈ ਉਹਨਾਂ ਦੇ ਗਰੁੱਪ ਵਿੱਚ ਹੋ ਗਿਆ ਉਹਨਾਂ ਦੇ ਗੈਂਗ ਵਿੱਚੋਂ ਕਦੇ ਕੋਈ ਪੁੱਛਣਾ ਹੈ ਕੋਈ ਕੁਝ ਕਹਿ ਪੁੱਛ ਰਿਹਾ ਜੀ ਮੈਨੂੰ ਅੱਜ ਵੀ ਪੁੱਛਦੇ ਆ ਮੈਂ ਆ ਮੈਂ ਤਾਂ ਨਹੀਂ ਪੁੱਛਦੇ ਮੈਨੂੰ ਤਾਂ ਮਤਲਬ ਜਿਹੜੇ ਪਗੋੜੇ ਹੋ ਤਾਂ ਨਹੀਂ ਮੈਂ ਕਹਿ ਸਕਦਾ ਗਾਜੀ ਪਰ ਕੁੱਲ ਮਿਲਾ ਕੇ ਜੀ ਮੈਨੂੰ ਤਾਂ ਕਿਸੇ ਗੱਲ ਦੀ ਕਮੀ ਮੁਸ਼ਕਲ ਨਹੀਂ ਆਉਣ ਦਿੱਤੀ ਜੀ ਉਹਨਾਂ ਨੇ ਆ ਮੇਰੇ ਜਿਹੜੇ ਉਹਦੇ ਸਾਥੀ ਅੱਜ ਵੀ ਜਿਤ ਕਰਦੇ ਹਨ ਹਾਂ ਉਹ ਕਿਸ ਤਰੀਕੇ ਨਾਲ ਯਾਦ ਕਰਦੇ ਅਸੀਂ ਉਹ ਜੀ ਦੇਖੋ ਉਹਨਾਂ ਨੇ ਜਿਹੜੇ ਇਕੱਠੇ ਪਲ ਬਤਾਏ ਨੇ ਉਹ ਆਪਦਾ ਯਾਦ ਕਰਦੇ ਆ ਉਸ ਤਰੀਕੇ ਨਾਲ ਜੀ ਕਿਉਂਕਿ ਸ਼ੇਰਾ ਨਾਲ ਜੀ ਹਸੀਬ ਖੋਲ ਵਾਲਾ ਬਹੁਤ ਸੀ ਆ ਜਿਹੜਾ ਪਿੱਛੇ ਮੁੰਡਾ ਵਿੱਕੀ ਮਿੱਡੂ ਖੜੇ ਵਾਲਾ ਮਾਰਤਾ ਜੀ ਇਹ ਇਹ ਬੜਾ ਦੋਸਤ ਸੀ ਮੇਰਾ ਦਾ ਜੀ ਫੋਨ ਹੋ ਗਿਆ ਚੋਰੀ ਮੈਂ ਨਨਕਾਣਾ ਸਾਹਿਬ ਗਿਆ ਸੀ ਪਿੱਛੇ ਅੱਛਾ ਨਹੀਂ ਤਾਂ ਮੈਂ ਤੁਹਾਨੂੰ ਦਿਖਾਉਂਦਾ ਇਹਨਾਂ ਦੀਆਂ ਸਾਰਿਆਂ ਦੀਆਂ ਫੋਟੋਆਂ ਵਿੱਕੀ ਵੀ ਬਹੁਤ ਨੇੜੇ ਦੇ ਦੋਸਤਾਂ ਚ ਸੀ ਜਦੋਂ ਇਹ ਪਗੋੜਾ ਨਹੀਂ ਸੀ ਉਦੋਂ ਜੀ ਜਦੋਂ ਵਿੱਕੀ ਮੈਨੂੰ ਖੜਾ ਜੀ ਇਹ ਛੋਟੇ ਹੁਣੇ ਤਾਂ ਸ਼ੇਰੇ ਤੋਂ ਨਾ ਇਹ ਵਿੱਕੀ ਵੱਡਾ ਸੀ ਸ਼ੇਰੇ ਤੋਂ ਵੱਡਾ ਸੀ ਹਾਂ ਜੀ ਇਹਦ ਕਾਰ ਵੀ ਆਉਂਦੇ ਹਾਂ ਹਾਂ ਜੀ ਹਾਂ ਜੀ ਵਿੱਕੀ ਆਉਂਦਾ ਰਿਹਾ ਜੀ ਹੁਣ ਤੱਕ ਮਰਨ ਤੋਂ ਪਹਿਲਾਂ ਜੀ ਆ ਜਦੋਂ ਇਹ ਗੁਜ਼ਰਦਾ ਹੈ ਵਿੱਕੀ ਦੇ ਫੇਰ ਵਾਜਦਾ ਉਦੋਂ ਉਦੋਂ पंद्रह दिन पहला मैं गया मैंने इन्हें फोन किया बापू एक ही काम में कर मैं कांग्रेस पार्टी अटैच हाँ जी जो इन्होंने सुखबीर बादल ने करवाया मेरे बेटे का इनकाउंटर जो कुछ भी होया सारा कुछ ये गौरमेंट दिली भुगत न हो जो कुछ भी हो मैं वैसे अभी ਜਿਹੜੇ ਆ ਜੀ ਇਹ ਚਲੋ ਅੱਜ ਬਾਦਲੀਏ ਬੜੇ ਫਿਰਦੇ ਕਾਲੀਦਾਲ ਦੇ ਅਸੀਂ ਪਾਕਿਸਤਾਨ ਚੋਂ ਆਏ ਜੀ ਅਸੀਂ ਫਾਊਂਡਰ ਮੈਂਬਰ ਆ ਜੀ ਸਾਡੇ ਬਜ਼ੁਰਗ ਅੱਜ ਕਾਲੀਦਾਲ ਦਾ ਤੁਸੀਂ ਜਿਹੜੇ ਆ ਨਾ ਜਿਹੜਾ ਜਦੋਂ ਕਾਲੀਦਾਲ ਹੋਂਦ ਚ ਆਇਆ ਜੀ ਅਸੀਂ ਸਾਡੇ ਬਜ਼ੁਰਗ ਉਦੋਂ ਮੈਂਬਰ ਬਣਿਆ ਇਹ ਕਾਲੀਦਾਲ ਨੂੰ ਹੋਂਦ ਚ ਲਿਆਉਣ ਵਾਸਤੇ ਅੱਛਾ ਅਸੀਂ ਉਦੋਂ ਦੇ ਨਾਲ ਸੀ ਫਿਰ ਉਸ ਤੋਂ ਬਾਅਦ ਮੈਂ ਕਾਂਗਰਸ ਚ ਚਲਾ ਗਿਆ ਜੀ ਏ ਵਿੱਕੀ ਮੈਨੂੰ ਆਦਾ ਹੀ ਨਹੀਂ ਗਾਪੂ ਆਪਾ ਇੱਧਰ ਵਾਪਸ ਆਉਣਾ ਹੈ ਉਹ ਆਪਸ ਆਉਣਾ ਹੈ ਮੈਨੂੰ ਬਹੁਤ ਜੋਰ ਲਾਉਂਦਾ ਸੀ ਇਹ ਸੁਖਵੀਰ ਨਾਲ ਮੈਂ ਕਰਾਉਣਾ ਉਹ ਕਰਾਉਣਾ ਆ ਕਰਾਉਣਾ ਮੈਂ ਕਿਹਾ ਨਹੀਂ ਮੇਰੇ ਤਾਂ ਇਹਨਾਂ ਤੋਂ ਨਫ਼ਰਤ ਹੈ ਬਿਲਕੁਲ ਟੁੱਟੀ ਜਾਂਦਾ ਹੈ ਹਾਂਜੀ ਹਾਂਜੀ ਤੇ ਜਿਹੜੀ ਵਿੱਕੀ ਕਾਊਂਟਰ ਦੀ ਗੱਲ ਕਰੀਏ ਵਿੱਕੀ ਕਾਊਂਟਰ ਦਾ ਕਿਸ ਤਰ੍ਹਾਂ ਦਾ ਸੁਭਾਵ ਸੀਗਾ ਇਹ ਰਿਲੇਸ਼ਨ ਰਿਹਾ ਹੈ ਤੁਹਾਡੇ ਨਾਲ ਤੁਹਾਡੀ ਸ਼ੇਰੇ ਦੇ ਨਾਲ ਖਾਸ ਬਹੁਤ ਵਧੀਆ ਜੀ ਬਹੁਤ ਵਧੀਆ ਰੇਸ਼ਨ ਇਹ ਵਿੱਕੀ ਹਰੀ ਸਾਰੇ ਇਹ ਇਹਨਾਂ ਦਾ ਸਾਰਿਆਂ ਦਾ ਇੱਕ ਮੈਂਡਰ ਸੀਗਾ ਜੀ ਸਾਰਿਆਂ ਦਾ ਹੀ ਵਿੱਕੀ ਹਰੀ ਸਾਰੇ ਇਹਦੇ ਜੂਨੀਅਰ ਸੀਗੇ ਅੱਛਾ ਹੂੰ ਵਿੱਕੀ ਵੀ ਸਪੋਰਟਸ ਖੇਡਦਾ ਸੀ ਹਾਂ ਜੀ ਵਿੱਕੀ ਵੀ ਮਾਪੇ ਦਾ ਕੱਲਾ ਕੱਲਾ ਸੀ ਵਿੱਕੀ ਬਹੁਤ ਹਾਸੇ ਠੱਠੇ ਵਾਲਾ ਸੀ ਮੁੰਡਾ ਜੀ ਬਹੁਤ ਚਲੋ ਜਾਂਦੇ ਤੁਸੀਂ ਘਰ ਮਿਲਣ ਪੈਰੈਂਟਸ ਹਾਂਜੀ ਹਾਂਜੀ ਜਾਂਦੇ ਜੀ ਉਹ ਵੀ ਆਉਂਦੇ ਵਿਚਾਰੇ ਜਾਂਦੇ ਆਉਂਦੇ ਹੋਰ ਅਸੀਂ ਕੀ ਕਰ ਲੈਣਾ ਜੀ ਚਲੋ ਇੱਕ ਦੂਜੇ ਨੂੰ ਵੇਖ ਕੇ ਰੋ ਰੂ ਲਈਦਾ ਜੀ ਜੈਪਲ ਦੇ ਘਰੇ ਵੀ ਜਾਂਦੇ ਹਾਂ ਜੀ ਹਾਂਜੀ ਉੱਥੇ ਉਹ ਮੈਂ ਜੀ ਗਿਆ ਸੀ ਸੰਸਕਾਰ ਤੋਂ ਬਾਅਦ ਭੋਗ ਤੇ ਮੈਨੂੰ ਮਤਲਬ ਭੋਗ ਉਹਦਾ ਲੇਟ ਸੀ ਤੇ ਅਸੀਂ ਪਹਿਲਾਂ ਗਿਆ ਚਲੇ ਸਾਨੂੰ ਉਦੋਂ ਪੁਲਿਸ ਨੇ ਜੀ 당ਕ ਤੂੰ ਕੀਤਾ ਸੀ ਤੇ ਫਿਰ ਉਦੋਂ ਬਾਅਦ ਨਹੀਂ ਮੈਂ ਗਿਆ ਲਈ ਉੱਥੇ ਗਿਆ ਸਾਨੂੰ ਐਵੇਂ ਨਾ ਜਲੀਲ ਕੀਤਾ ਪੁਲਿਸ ਨੇ ਵੀ ਬਹਿਣ ਜਾਣਾ ਸੀਗਾ ਉਹ ਅਸੀਂ ਕੀ ਕਰਨਾ ਸੀ ਉੱਥੇ ਉਹਨਾਂ ਦੇ ਉਹਨਾਂ ਦੇ ਪਾਦਰ ਦਾ ਕਹਿਣਾ ਕਿ ਹੱਲੇ ਵੀ ਜਿਹੜਾ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਆ ਉਹਨਾਂ ਨੂੰ ਤਾਂ ਕਰਦੇ ਆ ਜੀ ਕੀ ਛੋਟਾ ਬਿਟਾਲੇ ਦੀ ਜੇਲ੍ਹ ਚ ਹਾਂ ਜੀ ਹਾਂ ਜੀ ਨਹੀਂ ਮੈਨੂੰ ਤਾਂ ਜੀ ਮੈਂ ਐਵੇਂ ਝੂਠ ਬੋਲਿਆ ਜੀ ਵੀ ਐਵੇਂ ਵੀ ਸਰਕਾਰ ਹੈ ਉਲਟੇ ਜਾਂ ਕੋਈ ਗੱਲ ਨਹੀਂ ਮੈਨੂੰ ਪੁਲਿਸ ਨੇ ਨਹੀਂ ਜਦੋਂ ਜਿਉਂਦਾ ਸੀ ਉਦੋਂ ਵੀ ਮੈਨੂੰ ਫਿਟੇ ਮੂ ਨਹੀਂ ਆਇਆਗਾ ਬਸ ਇੱਕ ਵਾਰੀ ਉਹਦੇ ਗੁਜ਼ਰਨ ਤੋਂ ਬਾਅਦ ਮੁਹੱਲੇ ਤੋਂ ਆਇਆ ਸੀ ਉਹ ਕਹਿੰਦਾ ਸੀ ਮੈਂ ਇਨਸਪੈਕਟਰ ਆ ਉਹ ਮਾੜਾ ਬੋਲਿਆ ਸੀ ਇੱਥੇ ਸਾਡੇ ਘਰੇ ਤੇ ਕੋ ਮੇਰੀ ਮਾਤਾ ਤੋਂ ਜਿਉਂਦੀ ਸੀ ਮੇਰੀ ਮਾਂ ਨੇ ਉਹਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਸੀ ਉੱਠ ਕੇ ਉਹ ਉੱਥੇ ਜਾ ਕੇ ਤੇ ਮੇਰੀ ਮਾਂ ਦੇ ਪੈਰੀ ਹੱਥ ਲਾ ਕੇ ਆਂਦਾ ਮਾਤਾ ਗਲਤੀ ਹੋ ਗਈ ਮੇਰੇ ਮੈਨੂੰ ਭੁੱਖ ਲੱਗੀ ਮੈਂ ਰੋਟੀ ਖਾ। ਹਾਂ ਫਿਰ ਸਾਡੇ ਇੱਥੇ ਬਹਿ ਕੇ ਪ੍ਰੋਟੀਨ ਖਾ ਕੇ ਗਿਆ। ਜਿੰਦਾ ਮੈਨੂੰ ਨਹੀਂ ਵਾਲਾ ਕਿਸੇ ਬੋਲਿਆ ਜੀ। ਅੱਛਾ ਸ਼ੀਰੀ ਦਾ ਜਦ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਕਤਲ ਹੋਇਆ ਹੈ ਤੇ ਤੁਸੀਂ ਜਦ ਡੈੱਡ ਬੋਡੀ ਆਈ ਸੀ ਪੋਸਟਮਾਰਟਮ ਕਰਵਾਇਆ ਸੀ। ਕਰਵਾਇਆ ਸੀ ਜੀ ਮੈਂ ਸੁਪਰੀਮ ਕੋਰਟ ਤੱਕ ਗਿਆ ਜੀ ਮੇਰੀ ਕੋਈ ਸੁਣ ਨਹੀਂ ਗਈ। ਮੈਂ ਉਹਦੀ ਚਾਹੁੰਦਾ ਸੀ ਵੀ ਇਹਦੀ ਜਾਂਚ ਹੋਵੇ ਜੀ। ਪਰ ਨਹੀਂ ਚਲੀ ਜੀ। ਕੀ ਐਸੀ ਐ ਪੋਸਟਮਾਰਟਮ। ਗੋਲੀ ਵੱਜੀ ਸੀ ਸੱਟਾ ਸੱਟਾ ਕੋਈ ਸੱਟਾਂ ਵੀ ਲੱਗੀਆਂ ਸੀ ਕਾਫੀ ਸੱਟਾਂ ਸੀ ਅੱਛਾ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਵੇਲੇ ਉਹਦੇ ਨਾਲ ਕੋਈ ਕੁੜੀ ਵੀ ਸੀਗੀ ਹੈਗੀ ਸੀ ਉਹਨੂੰ ਵੀ ਕਾਫੀ ਜੇਲ੍ਹ ਰਹਿਣਾ ਪਿਆ ਉਹ ਰਹਿ ਗਈ ਪੁਲਿਸ ਵਾਲਿਆਂ ਦੀ ਸੀ ਜੇਲ੍ਹ ਤੇ ਚਲੋ ਜੀ ਆਪਾਂ ਉਹਦੇ ਨਾਲ ਵਿਆਹ ਹੋਣਾ ਸੀਗਾ ਉਹ ਤਾਂ ਬਾਹਰ ਰਹਿੰਦੇ ਸੀਗੇ ਐਵੇਂ ਅਸੀਂ ਆਖੀ ਜਾਈਏ ਕਿ ਵਿਆਹ ਹੋਣ ਵਾਲਾ ਸੀ ਨਹੀਂ ਸੀ ਹੋਣ ਵਾਲਾ ਜੀ ਸਾਡੇ ਦਾ ਜਿੰਨੇ ਕੋ ਸਾਡੇ ਸੋਰਸ ਜਿਹੜੇ ਆ ਨੇ ਉਹਦਾ ਇਹ ਕਹਿੰਦੇ ਆ ਵੀ ਉਹ ਪੁਲਿਸ ਦੀ ਟਾਊਟ ਸਿਕਿਉਰਟੀ ਵਾਦ ਵਿੱਚ ਛੱਡਦੇ ਸੀ ਉਹਨੂੰ ਆ ਨਹੀਂ ਸਾਡੇ ਕੋਲ ਤਾਂ ਨਾ ਆਈ ਨਾ ਗਈ ਸੀ ਨੀ ਕਦੀ ਉਹਦੇ ਕੋਈ ਸੁਣਦਾ ਉਹ ਗੱਲਬਾਤ ਕਦੀ ਨਹੀਂ ਨਾ 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 ਸ਼ੇਰੀ ਨੇ ਕਦੇ ਜ਼ਿਕਰ ਨਹੀਂ ਕੀਤਾ ਉਹਦਾ ਪਹਿਲਾਂ ਨਾ ਜੀ ਸਾਡੇ ਕੋਲ ਨਹੀਂ ਕੀਤਾ ਸ਼ੇਰ ਕੋਈ ਕੀ ਕੋਈ ਕੁੜੀ ਪਸੰਦ ਹੈ ਕੁਛ ਨਹੀਂ ਨਾ 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 ਇੱਕ ਵਾਰੀ ਕੀਤਾ ਇਹ ਆਪਦੀ ਮਾਸੀ ਕੋਲੇ ਕੀਤਾ ਸੀਗਾ ਇੱਥੇ ਜਲਾਲਾਬਾਦ ਤੇ ਇਹ ਵੀ ਨਹੀਂ ਦੱਸਿਆ ਵੀ ਕੌਣ ਹੈ ਕੁੜੀ ਕੌਣ ਆਂਦਾ ਸੀ ਮੈਂ ਵਿਆਹ ਕਰਾਉਣਾ ਮਾਸੀ ਅੱਛਾ ਤੇ ਉਹ ਮੈਨੂੰ ਆਂਦੀ ਸ਼ੇਰ ਐਪੀ ਆਂਦਾ ਮੈਂ ਵਿਆਹ ਕਰਾਉਣਾ ਮੈਂ ਇਹ ਚ ਕਰਾ ਲੈ ਭਾਈ ਇੰਚ ਤੁਹਾਨੂੰ ਮੈਂ ਕਿ ਇਹ ਨੇ ਮੰਨਣ ਵਾਲੀ ਕਰੇ ਆ ਜੇ ਬਹਿ ਜਾਏਗਾ ਸੁਧਰ ਜਾਏਗਾ ਸੁਧਰ ਜਾਏਗਾ ਮੈਂ ਕਰਾ ਲੈ ਕੋਈ ਗੱਲ ਨਹੀਂ ਸਾਨੂੰ ਸੱਦੇਗਾ ਤੇ ਇਹੀ ਚਲੇ ਜਾਵਾਂਗੇ ਨਾ ਸੱਦੇਗਾ ਤੇ ਨਹੀਂ ਜੇ ਤੈਨੂੰ ਸੱਦਾ ਹੈ ਤੂੰ ਚਲੀ ਜਾ ਮਾਸੀ ਆਵਦੀ ਦੇ ਬੜਾ ਮਾਸੀ ਆਵਦੀ ਨੂੰ ਪਿਆਰ ਕਰਦਾ ਸੀ ਕਲੋਜ਼ ਹਾਂਜੀ ਹਾਂ ਜੀ ਅਲੀ ਨੇ ਸਾਲ ਹੋ ਗਏ 2012 ਤੇ ਚ ਇਨਕਾਊਂਟਰ ਹੋਇਆ ਸੀ 2022 ਚੱਲ ਰਿਹਾ ਹੈ ਉਹ ਦੁੱਖ ਉਹ ਤਕਲੀਫ ਤਾਂ ਉੱਦਈ ਰਹੀ ਹੈ ਉਹ ਨਹੀਂ ਕਰਦੀ ਹੈ ਹਨਾ ਲੇਕਿਨ ਜਿਹੜੇ ਉਹਨੇ ਲੋਕਾਂ ਦੇ ਵਿੱਚ ਤੁਸੀਂ ਜਾਣਦੇ ਹੋ ਕੋਈ ਚੰਗੇ ਕੰਮ ਵੀ ਦੱਸ ਦਿਓ ਕੀ ਰਿਵਾਰੀ ਚੰਗੇ ਕੰਮ ਦੀ ਸੁਣ ਲੋ ਗਾਲ ਜੀ ਸਾਡੇ ਪਿੰਡ ਚ ਆਇਆ ਜੀ ਉਹ ਇੱਥੇ ਪੈਸੇ ਵੰਡ ਕੇ ਗਿਆ ਜੀ ਖੂਬਣ ਚ ਅੱਛਾ ਪੈਸੇ ਵੰਡ ਕੇ ਗਿਆ ਤੇ ਮੈਨੂੰ ਪਤਾ ਲੱਗਾ ਮੈਂ ਆਪਦੀ ਬੇਟੀ ਦਾ ਜੀ ਵਿਆਹ ਕੀਤਾ ਸੀ 11 ਚ ਮੇਰੇ ਤੇ ਵੀ ਕਰਜ਼ਾ ਹੈਗਾ ਸੀ ਮੈਂ ਉਹਨੂੰ ਕਿਹਾ ਮੈਂ ਇਹ ਕੰਜਰਾ ਪੈਸੇ ਲੋਕਾਂ ਨੂੰ ਵੰਡਦਾ ਫਿਰਦਾ ਐ ਤੈਨਾਂ ਕਿ ਆਪਾਂ ਮੰਨੂ ਦੇ ਵਿਆਹ ਦੇ ਪੈਸੇ ਦੇਣੇ ਕਰ ਜਾਏਗਾ ਤੇ ਮੈਨੂੰ ਦੇ ਦੇ ਮੈਂ ਕਰਜ਼ਾ ਲਾ ਲਵਾਂ ਮੈਨੂੰ ਆਦਾ ਹੀ ਗੱਲ ਸੁਣਾ ਦਾ ਡੈਡੀ ਇਹ ਤਾਂ ਦਾ ਜ਼ਹਿਰ ਹੈ ਜਿਹੜਾ ਮੈਂ ਲੋਕਾਂ 'ਚ ਵੰਡਦਾ ਤੇ ਤੂੰ ਮੇਰਾ ਪਿਓ ਮੈਂ ਤੈਨੂੰ ਆਹਦੇ ਹੱਥੇ ਜ਼ਹਿਰ ਕਿਵੇਂ ਦੇ ਦੇਵਾਂਗਾ ਅੰਦਾਜ਼ ਜੀ ਤੋਂ ਬਾਅਦ ਇਹ ਗੱਲ ਨਾ ਸੋਚੀ ਕਿਤੇ ਵੀ ਮੇਰੇ ਤੋਂ ਕੋਈ ਪੈਸੇ ਦੀ ਆਸ ਅਹ ਅਦਾਇਤ ਇਹ ਰ ਹੈ ਜਿਹੜਾ ਨਾ ਮੈਂ ਆਂਦਾ ਲੋਕਾਂ ਚ ਵੰਡ ਦੇਣਾ ਮੈਂ ਇਹਦਾ ਕੀ ਕਰਨਾ ਦਾ ਦੋ ਰੋਟੀਆਂ ਖਾਣੀਆਂ ਦਾ ਜਿਹੜੇ ਪਰਚੇ ਹੋਏ ਮੰਨਦਾ ਸੀਗਾ ਕਿ ਹਾਂ ਮੈਂ ਕੀਤਾ ਸਾਰਾ ਕੁਝ ਹਾਂ ਮੰਨਦਾ ਸੀ ਮਰਡਰ ਕਿਹਦੀ ਆ ਹਾਂਜੀ ਹਾਂਜੀ ਕੀਤੇ ਸੀ ਉਹਨੇ ਤੁਸੀਂ ਕਹਿੰਦੇ ਨਹੀਂ ਸੀ ਕੀ ਕਹਿੰਦੇ ਸੀ ਅਸੀਂ ਤਾਂ ਜੀ ਕਿੱਦ ਕਹਤੀ ਕਿਉਂ ਕਰਨੀ ਇਹ ਮਰਡਰ ਕਿਉਂ ਕਰਨੇ ਅਸਲ 'ਚ ਜਦੋਂ ਨਾ ਇਹ ਫੇਰ ਹੋਇਆ ਨਾ ਪਹਿਲਾਂ ਤਾਂ ਜਿਹੜੇ ਜਿਹੜੇ ਪਹਿਲਾਂ ਕੀਤੇ ਨੇ ਜੀ ਉਹ ਤਾਂ ਆਂਦਾ ਹੀ ਵੀ ਕੀਤਾ ਤਾਂ ਮੈਂ ਬਹੁਤ ਕੋਸ਼ਿਸ਼ ਪੁਲਿਸ ਨੂੰ ਜਿੰਨਾ ਪਤਾ ਸੀ ਪੁਲਿਸ ਨੇ ਕਿਹਾ ਸੀ ਉਹਨਾਂ ਮੰਨ ਗਏ ਅਸੀਂ ਜ਼ਰੂਰ ਕੁੱਟ ਖਾਣੀ ਸੀ ਆ ਤੇ ਮੈਂ ਕਿਹਾ ਪੁੱਤ ਤੂੰ ਕਿਉਂ ਮਾਰਿਆ ਕਿਉਂ ਕਿਸੇ ਦਾ ਇਨਸਾਨੀ ਜਾਨ ਮਾਸਾ ਮਿਲਿਆ ਤੁਸੀਂ ਕਿਉਂ ਇਹ ਕੰਮ ਕੀਤੇ ਜੀ ਤੋਂ ਮੈਨੂੰ ਇਨੀ ਗੱਲ ਮਨੋਂ ਦਾ ਛੱਡ ਗਿਆ ਨਹੀਂ ਨਾ ਬਣਿਆ ਕਰਾਂ ਦਾ ਮੈਨੂੰ ਇਨੀ ਗੱਲ ਕਹਿ ਗਿਆ ਅਸਾਂ ਲੱਗ ਪੈਣਾ ਹੁੰਦਾ ਸੀ ਜੋ ਮਜ਼ਾਕ ਚ ਮਜ਼ਾਕ ਚ ਲੈ ਜਾਂਦਾ ਸੀ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹਨੂੰ ਸਿੱਖੀ ਵਾਲੇ ਲੈ ਕੇ ਜਾਣਾ ਚਾਹੁੰਦੇ ਸੀ ਹਾਂ ਜੀ ਗੁਰੂ ਘਰ ਲੈ ਕੇ ਜਾਵਾਂਗੇ ਤੇ ਇਹਨੇ ਦਸਤਾਰ ਵੀ ਰੱਖੀ ਸੀ ਹਾਂ ਜੀ ਇਹ ਜਿੰਨਾ ਚਿਰ ਜੀ ਇੱਥੇ ਰਿਹਾ ਸਾਡੇ ਕੋਲ ਦਾੜਾ ਵੀ ਇਹਨੇ ਕੇਸ ਤੈਂਕੀ ਨਹੀਂ ਸਿਲਵਾਈ ਗਈ ਸਾਡੇ ਕੋਲੇ ਹੈਗੇਆਂ ਫੋਟੋਆਂ ਜੀ ਦਾੜੇ ਦੇ ਤੇ ਫਿਰ ਜਦੋਂ ਮੜੀਚ ਰਲ ਗਿਆ ਜੀ ਫਿਰ ਉਹ ਜੀ ਪੇਸ ਬਦਲਣਾ ਪਿਆ ਹਾਂ ਅੰਤਕ ਜੀ ਤੁਸੀਂ ਜਿਹੜੀ ਵੀ ਗੱਲਾਂ ਦੱਸਿਆ ਇਹ ਇੱਕ ਸਬਕ ਹੈ ਹਾਂ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਕੀ ਫੋਲੋ ਕਰਦੇ ਆ ਸ਼ੇਰਾ ਭਲੇ ਨਹੀਂ ਰਿਹਾ ਲੇਕਿਨ ਫੇਸਬੁੱਕ ਤੇ YouTube ਤੇ ਹੱਲੇ ਵੀ ਉਹਦਾ ਗਰੁੱਪ ਚੱਲਦਾ ਹੈ ਉਹਦਾ ਨਾਂ ਵੱਜਦਾ ਹੈ ਤੇ ਲੋਕੀ ਫੋਲੋ ਵੀ ਕਰਦੇ ਉਹਨਾਂ ਨੂੰ ਤੇ ਇੱਕ ਮੈਸੇਜ ਉਹਨਾਂ ਨੂੰ ਤੁਸੀਂ ਦਿਓ ਜਿਹੜੇ ਨੌਜਵਾਨ ਉਸਨੂੰ ਫੋਲੋ ਕਰਦੇ ਆ ਜਿਹੜੇ ਉਹਨੇ ਕੰਮ ਕੀਤੇ ਉਹਦੀ ਬੜਾਈ ਚੜਾਈ ਕਰਦੇ ਖਾਸ ਕਰ ਹਥਿਆਰਾਂ ਵਾਲੇ ਫੋਟੋ ਸ਼ੇਅਰ ਕਰਦੇ ਇਹਦਾ ਉਨੇ ਕੋਈ ਕਿਹੜਾ ਇਹ ਜਿਆ ਕੰਮ ਕੀਤਾ ਜਿਹੜਾ ਨੂੰ ਫੋਲੋ ਕਰਦੇ ਹੈ ਜਿਹੜਾ ਸਾਡੇ ਕੌਮ ਲਈ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਕੋਈ ਕੰਮ ਕੀਤਾ ਹੋਵੇ ਫੋਲੋ ਕਰਨਾ ਤੇ ਭਗਤ ਸਿੰਘ ਹਰਾਂ ਨੂੰ ਕਰੀਏ ਮੇਰੀ ਤਾਂ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਕੋਈ ਫਾਇਦਾ ਨਹੀਂ ਨਾ ਕਮਾਛ ਆ ਜਿਹੜਾ ਜੋ ਖੇਡਦਾ ਸੀ ਤੁਸੀਂ ਜੇ ਉਹਨੂੰ ਫੋਲੋ ਕਰਦੇ ਤੇ ਜਿਵੇਂ ਉਹ ਖੇਡਦਾ ਤੁਸੀਂ ਉਹ ਖੇਡ ਨੂੰ ਫੋਲੋ ਕਰੋ ਮੇਰੀ ਤਾਂ ਬੱਚਿਆਂ ਨੂੰ ਇਹ appeal ਹੈ ਵੀ ਮੈਂ ਤਾਂ ਮੈਡਮ ਬਹੁਤ ਚੈਨਲ ਆਏ ਨੇ ਮੇਰੇ ਕੋਲੇ ਤੇ ਮੈਂ ਤਾਂ ਸਾਰਿਆਂ ਕੇ ਹੱਥ ਜੋੜ ਕੇ ਇਹ ਕਹਿਣਾ ਵੀ ਇਹ ਇਹ ਰਾਹ ਦਾ ਕੋਈ ਫਾਇਦਾ ਨਹੀਂ ਹੈ। ਇਹ ਦੱਸ ਮੈਂ ਅੱਗੇ ਵੀ ਇੱਕ ਹੀ ਕਹੀ ਸੀ ਗੱਲ ਵੀ ਜੇ ਕਿਸੇ ਨੂੰ ਜ਼ਿਆਦਾ ਸ਼ੌਂਕ ਹੈ ਨਾ ਜੀ। ਇਸਰਾ ਪੈਂਦਾ ਕੋ ਚਾਰ ਦਿਨ ਸਾਡੇ ਕੋਲੇ ਆ ਕੇ ਰਵੇ ਤੇ ਰਾਤ ਨੂੰ ਵੇਖਿਆ ਅਸੀਂ ਬੇਟਾ ਕੋਈ ਨਸ਼ਾ ਨਹੀਂ ਕਰ ਦੇਗੇ। ਠੀਕ ਹੈ। ਰੋਟੀ ਦਾ ਜਦੋਂ ਨਸ਼ਾ ਹੁੰਦਾ ਹੈ ਨਾ ਰੋਟੀ ਖਾਣੇ ਆ ਉਦੋਂ ਹੀ ਸੌਂਗੇ ਜੇ 11 ਵਜੇ ਜਾਗ ਆ ਗਈ ਤੇ ਸਾਰੀ ਰਾਤ ਜਾਗਦੇ ਉਦੋਂ ਬਾਅਦ 12 ਵਜੇ ਆ ਕੇ ਜਾਗ ਨੀਂਦ ਨਹੀਂ ਆਉਂਦੀ ਜਿੰਨੇ ਮਰਜੀ ਥੱਕੇ ਹੋਈਏ ਜਦੋਂ ਜਾਗ ਆ ਗਈ ਚਾਹ ਲੋਕੀ ਤਾਂ ਕਹਿੰਦੇ ਆ ਨਾ ਵੀ ਪਾਠ ਕਰਨ ਨਾਲ ਪੀਂਦੇ ਨੀਂਦ ਆ ਜਾਂਦੀ ਅਸੀਂ ਤਾਂ ਸਾਰੀ ਰਾਤ ਹੀ ਪਾਠ ਕਰਦੇ ਰਹੀਏ ਸਾਨੂੰ ਨੀਂਦ ਨਹੀਂ ਆਉਂਦੀ ਚਿਹਰਾ ਕਿਤੇ ਅੱਖਾਂ ਤੋਂ ਪਾਸੇ ਨਹੀਂ ਹੁੰਦਾ ਜੀ ਅਸੀਂ ਅੱਜ ਤੱਕ ਗੰਦ ਖਾਦਾ ਹੋਵੇ ਜੇ ਅਸੀਂ ਉਹਨੂੰ ਪਹਿਲਾਂ ਰੋਟੀ ਖਾਣ ਤੋਂ ਦੋਵੇਂ ਜੀ ਪਹਿਲਾਂ ਕਿ ਨੇ ਆ ਪੁੱਤਰ ਰੋਟੀ ਖਾਈਏ ਜਦੋਂ ਕੋਈ ਖਾਣੀ ਹੈ ਨਾ ਰੋਟੀ ਦੋਵਾਂ ਜੀਆਂ ਨੇ ਕਹਿਣਾ ਉਹਦੀ ਮਾਂ ਨੇ ਵੀ ਕਹਿਣਾ ਮੈਂ ਵੀ ਕਹਿਣਾ ਆ ਪੁੱਤਰ ਰੋਟੀ ਖਾਈਏ ਸਾਨੂੰ ਉਹਨਾਂ ਜੇ ਲੰਘਦੀ ਨਹੀਂ ਗਿੰਨਾ ਚਿਹਰਾ ਪੁੱਤਰ ਨੂੰ ਨੇ ਜਾਂਦੇ ਤਾਨੂੰ ਬੜਿਆ ਸਿਆਣੇ ਬੰਦਿਆਂ ਨੇ ਕਿਹਾ ਵੀ ਕਿਉਂ ਤੁਸੀਂ ਕੀ ਇਹਦੇ ਲੱਭ ਲੋਕ ਕਰੀਏ ਕੀ ਨਿਕਲਦੀ ਅੰਦਰ ਆਵਾਜ਼ ਹੀ ਨਿਕਲਦੀ ਉਹ ਐਸੀ ਕੋ ਐਕਟਿੰਗ ਦਾ ਕਰਦੇ ਨੇ ਜੀ ਬਿਲਕੁਲ ਬੇਟਾ ਤਾਂ ਬੇਟਾ ਹੀ ਹੁੰਦਾ ਹੈ ਚਾਹੇ ਉਹ ਕੁਝ ਵੀ ਕਰੇ ਹਾਂਜੀ ਬਿਲਕੁਲ ਅੰਕਲ ਜੀ ਤੁਹਾਡਾ ਦੁੱਖ ਅਸੀਂ ਸਮਝ ਸਕਦੇ ਹਾਂ ਨਾ ਵੰਡ ਹੀ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਤੇ ਇਹ ਸ਼ਾਇਦ ਮੈਸੇਜ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਜੁਰਮ ਦੇ ਰਾਸਤੇ ਦੇ ਵਿੱਚ ਜਾਣਾ ਚਾਹੁੰਦੇ ਆਂ ਜਿਹੜੇ ਰੂਰ ਮਾਡਲ ਮੰਨਦੇ ਆਂ ਖਾਸ ਕਰ ਗੈਂਗਸਟਰਸ ਨੂੰ ਤੇ ਉਹਨਾਂ ਨੂੰ ਇੱਕ ਸਬਕ ਹੈ ਕਿ ਉਹਨਾਂ ਦੇ ਪਰਿਵਾਰਾਂ ਦਾ ਆਖਿਰ ਕੀ ਕੁਝ ਹੁੰਦਾ ਹੈ ਬਾਅਦ 'ਚ ਇਹ ਹਾਲ ਤੁਹਾਨੂੰ ਸੀਰੀਜ਼ ਦੇ ਵਿੱਚ ਲਗਾਤਾਰ ਦਿਖਾਇਆ ਕੈਮਰ ਪਰਸਨ ਅਜੇ ਸਿੰਘ ਰਾਣਾ ਦੇ ਨਾਲ ਪੂਜਾ ਵੜਵਾ ਪੰਜਾਬ ਟਰੇ ਮਲੋਟ